ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਦੇ ਲਈ ਫਿਜ਼ੀਕਲ ਐਜੂਕੇਸ਼ਨ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਸਰੀਰਕ ਸਿੱਖਿਆ ਤੇ ਖੇਡਾਂ ਇਸ ਦਾ ਜਿਹੜੇ ਕਿ ਆਪਾਂ 3rd 3rd ਚੈਪਟਰ ਲੈ ਕੇ ਆਏ ਟੋਟਲ ਤੁਹਾਡੇ ਸਿਲੇਬਸ ਦੇ ਵਿੱਚ 6 ਚੈਪਟਰਸ ਨੇ 6 ਚੈਪਟਰਾਂ ਦੇ ਵਿੱਚੋਂ ਪਹਿਲੇ 2 ਚੈਪਟਰ ਆਪਾਂ ਅਪਲੋਡ ਕਰ ਚੁੱਕੇ ਹਾਂ ਜਿਦੇ ਵਿੱਚ 1 ਮਾਰਕਸ ਵਾਲੇ ਕੁਐਸਚਨਸ 2 ਮਾਰਕਸ ਵਾਲੇ 3 ਮਾਰਕਸ 3 ਵਾਲੇ ਤੇ 5 ਮਾਰਕਸ ਵਾਲੇ ਆਪਾਂ ਅਪਲੋਡ ਕਰ ਚੁੱਕੇ ਆ ਤੇ ਹੋਰ ਵੀ ਐਕਸਟਰਾ ਜਿੰਨੇ ਵੀ ਇੰਪੋਰਟੈਂਟ ਕੁਐਸ਼ਨਸ ਬਣਦੇ ਸੀ ਉਹ ਵੀ ਉਹਨਾਂ ਦੋਨਾਂ ਚੈਪਟਰਾਂ ਦੇ ਵਿੱਚ ਆਪਾਂ ਨੇ ਅਪਲੋਡ ਕਰ ਦਿੱਤੇ ਨੇ ਤੇ ਹੁਣ ਜਿਹੜਾ ਕਿ 3rd ਚੈਪਟਰ ਆ ਇਸ ਦੇ ਵਿੱਚ ਆਪਾਂ ਟੈਕਸਟ ਬੁੱਕ ਵਾਲੇ ਦਾ ਕੁਐਸ਼ਨ ਕਰਾਂਗੇ ਕਰਾਂਗੇ ਇਸ ਤੋਂ ਇਲਾਵਾ ਵੈਰੀ ਸ਼ਾਰਟ ਜਿਹੜੇ ਕਿ ਹੋਰ ਜਿੰਨੇ ਵੀ ਇੰਪੋਰਟੈਂਟ ਬਣਦੇ ਨੇ ਉਹ ਵੀ ਡਿਸਕਸ ਕਰਾਂਗੇ ਸੋ ਜਿਹੜੇ ਲੌਂਗ ਕੁਐਸ਼ਨ ਨੇ ਜਿਵੇਂ 5 ਮਾਰਕਸ ਵਾਲਾ ਹੋ ਗਿਆ ਹਨਾ 3 ਵਾਲੇ ਹੋਗੇ 2 ਵਾਲੇ ਹੋਗੇ ਇਹ ਤੁਸੀਂ ਟੈਕਸਟ ਬੁੱਕ ਵਾਲੇ ਹੀ ਕਰ ਸਕਦੇ ਹੋ ਤੇ ਬਾਕੀ ਜਿਹੜੇ ਕਿ ਸ਼ਾਰਟ ਨੇ ਉਹਦੇ ਲਈ ਤਾਂ ਬੇਸ਼ੱਕ ਤੁਸੀਂ ਸਾਰਾ ਚੈਪਟਰ ਹੀ ਰੀਡ ਕਰ ਲਓ ਹਨਾ ਕਿਉਂਕਿ ਚੈਪਟਰ ਚੋਂ ਹੀ ਬਣਦੇ ਹੁੰਦੇ ਨੇ ਵੈਰੀ ਸ਼ਾਰਟ ਕਿਤੋਂ ਵੀ ਨਿਕਲ ਜਾਂਦੇ ਹੁੰਦੇ ਨੇ ਉਹ ਤਾਂ ਇੱਕ ਲੌਂਗ ਕੁਐਸਚਨ ਚੋਂ ਵੀ ਆਪਾਂ ਜਿੰਨੇ ਮਰਜ਼ੀ ਕੁਐਸਚਨ ਬਣਾ ਲਿਓ ਸ਼ਾਰਟ ਸੋ ਆਪਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਸ਼ਾਰਟ ਕੁਐਸਚਨਸ ਕਵਰ ਹੋਣ ਠੀਕ ਹੈ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਫਰਸਟ ਆਫ ਆਲ ਜਿਹੜੇ ਕਿ ਚੈਪਟਰ ਦਾ ਨੇਮ ਸ਼੍ਰੀਖ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ ਸ਼੍ਰੀਖ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ ਫਰਸਟ ਕੁਐਸਚਨ ਹੈ ਜਦੋਂ ਅੰਗਰੇਜ਼ ਵੱਡੀ ਗਿਣਤੀ ਵਿੱਚ ਭਾਰਤ ਆਏ ਤਾਂ ਉਹਨਾਂ ਨੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਕਿਹੋ ਜਿਹਾ ਸਕੂਲ ਖੋਲੇ ਤਾਂ ਅੰਗਰੇਜ਼ ਜਦੋਂ ਵੱਡੀ ਗਿਣਤੀ ਵਿੱਚ ਭਾਰਤ ਆਏ ਤਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਅੰਗਰੇਜ਼ੀ ਸਕੂਲ ਖੋਲੇ ਤਾਂ ਆਨਸਰ ਕੀ ਹੈ ਸਿਰਫ ਅੰਗਰੇਜ਼ੀ ਸਕੂਲ ਕੀ ਹੈ ਅੰਗਰੇਜ਼ੀ ਸਕੂਲ ਅਗਲਾ ਹੈ बीपीएड बीपीआर ਦਾ ਕੋਰਸ ਕਿੰਨੇ ਸਾਲਾਂ ਦਾ ਹੁੰਦਾ ਤਾਂ ਬੀਪੀਐਡ ਇਹ ਦੋ ਤਰੀਕੇ ਦਾ ਠੀਕ ਹੈ ਇੱਕ ਤਾਂ ਬੀਪੀਆਰ ਸਿੱਧਾ ਹੀ ਡਾਇਰੈਕਟਾ ਬੀਪੀਐਡ ਉਹ 2 ਸਾਲ ਦਾ ਜਦੋਂ ਬੀਪੀਐਡ ਇੰਟੀਗ੍ਰੇਟਿਡ ਹੋ ਗਿਆ ਬੀਪੀਐਡ ਇੰਟੀਗ੍ਰੇਟਿਡ ਆ ਫਿਰ 4 ਸਾਲ ਦਾ ਦੋਨੇ ਯਾਦ ਰੱਖਣੇ ਨੇ ਕਿਉਂਕਿ ਕਈ ਵਾਰ ਜਿਹੜੇ ਕਿ ਐਮਸੀਕਿਊਜ਼ ਆ ਫਿਲ ਅਪਸ ਦੇ ਵਿੱਚ ਅਲੱਗ ਤੋਂ ਬਣ ਕੇ ਪੁੱਛਿਆ ਜਾ ਸਕਦਾ ਤਾਂ ਉੱਥੇ ਤੁਸੀਂ ਮਾਈਂਡ ਰ ਲਗਾਉਣਾ ਕਿ ਇੰਟੀਗ੍ਰੇਟਿਡ ਪੁੱਛਿਆ ਤਾਂ 4 ਇਅਰਸ ਅਗਰ ਵੈਸੇ ਬੀਪੀਆਡ ਪੁੱਛਿਆ ਹੋਆ ਦਨ ਫਿਰ 2 ਇਅਰਸ ਅਗਲਾ ਆਪਣਾ ਕੁਐਸਚਨ ਹੈ ਸ੍ਰੀਖ ਸਿੱਖਿਆ ਦਾ ਸ੍ਰੀਖ ਸਿੱਖਿਆ ਦੀ ਭਾਰਤ ਵਿੱਚ ਹੋੰਦ ਕਦੋਂ ਹੋਈ ਤਾਂ 1920 ਤੋਂ ਬਾਅਦ ਕਈ ਵਿਸ਼ਿਆਂ ਦੇ ਵਿੱਚ ਠੀਕ ਹੈ ਸ੍ਰੀਖ ਸਿੱਖਿਆ ਵੀ ਕਾਲਜ਼ਾਂ ਦੇ ਪਾਠਕ੍ਰਮ ਦਾ ਹਿੱਸਾ ਬਣਿਆ ਕਈ ਵਿਸ਼ਿਆਂ ਦੇ ਤਰ੍ਹਾਂ ਕਈ ਵਿਸ਼ਿਆਂ ਦੀ ਤਰ੍ਹਾਂ ਵਾਂਗ ਮਤਲਬ ਕਿਹ ਵੀ ਵਿਸ਼ੇ ਦੇ ਤਰ੍ਹਾਂ ਪਾਠਕ੍ਰਮ ਕੀ ਹੋ ਗਿਆ ਸਿਲੇਬਸ ਸਿਲੇਬਸ ਦਾ ਹਿੱਸਾ ਬਣਿਆ ਫਿਜ਼ੀਕਲ ਐਜੂਕੇਸ਼ਨ ਵੀ 1920 ਤੋਂ ਬਾਅਦ अगला है न, एस, एन, आई, एस. ता, एन एस एन आई एस तन आई एस का पूरा नाँ की है तो इसका पूरा नाँ है नेताजी सुभाष चंद्र नेताजी सुभाष चंद्र नेशनल इंस्टीट्यूट ऑफ स्पोर्ट्स नेताजी सुभाष चंद्र बोस नेशनल इंस्टीट्यूट ऑफ स्पोर्ट्स 2 ਮਾਰਕਸ ਵਾਲੇ 3 ਤੇ 5 ਵਾਲੇ ਆਪਾਂ ਬਾਅਦ ਚੋਂ ਕਰਾਂਗੇ ਪਹਿਲਾਂ ਆਪਾਂ ਸ਼ਾਰਟ ਹੀ ਸਾਰੇ ਕਵਰ ਕਰ ਲਈਏ ਤਾਂ ਇਹਦੇ ਵਿੱਚ ਹੈ ਇਹਨਾਂ ਸ਼ਾਰਟ ਦੇ ਵਿੱਚੋਂ ਹੀ ਤੁਹਾਨੂੰ ਕਿਸੇ ਚੋ ਵੀ ਫਿਲਿੰਗ ਦਾ ਬਲੈਂਕਸ ਕਿਸੇ ਚੋ ਵੀ ਟਰੂ ਫਾਲਸ ਕਿਸੇ ਦੇ ਵਿੱਚੋਂ ਵੀ ਐਮਸੀਕਿਊਜ਼ ਜਿਹੜੇ ਕਿ ਬਣ ਕੇ ਆ ਸਕਦੇ ਨੇ ਸੋ ਤੁਸੀਂ ਜਿਹੜੇ ਕਿ ਸ਼ਾਰਟ ਕੁਸ਼ਨ ਸਾਰੇ ਆਪਣੇ ਕਵਰ ਕਰਨੇ ਨੇ ਭਾਰਤ ਦੇ ਸਕੂਲਾਂ ਵਿੱਚ ਸਰੀਰਕ ਸਿੱਖਿਆ ਨੂੰ ਇੱਕ ਵਿਸ਼ੇ ਦੇ ਤੌਰ ਤੇ ਕਿਸ ਨੇ ਸ਼ੁਰੂ ਕੀਤਾ ਹੁਣ ਆਪਾਂ ਪਿੱਛੇ ਕੁਸ਼ਨ ਰੀਡ ਕੀਤਾ ਕਿ 1920 ਤੋਂ ਬਾਅਦ ਆ ਜਿਹੜੇ ਕਿ ਪਾਠਕ੍ਰਮ ਦੇ ਵਿੱਚ ਹਿੱਸਾ ਬਣ ਗਿਆ ਸੀ ਬਾਕੀ ਸਬਜੈਕਟਸ ਦੇ ਤਰ੍ਹਾਂ ਵੀ ਫਿਜ਼ੀਕਲ ਐਜੂਕੇਸ਼ਨ ਹੁਣ ਇੱਥੇ ਹੀ ਕੁਐਸਚਨ ਇਹ ਹੈ ਕਿ ਕਿਸ ਨੇ ਸ਼ੁਰੂ ਕੀਤਾ ਜਾਂ ਜਾਂ ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਕਿ ਭਾਰਤੀ ਸਿੱਖਿਆ ਭਾਰਤੀ ਸਰੀਰਕ ਸਿੱਖਿਆ ਦਾ ਪਿਤਾਮਾ ਕਿਹਨੂੰ ਮੰਨਿਆ ਜਾਂਦਾ ਵੀ ਫਿਜ਼ੀਕਲ ਐਜੂਕੇਸ਼ਨ ਦਾ ਜਿਹੜਾ ਕਿ ਫਾਦਰ ਕਿਹਨੂੰ ਮੰਨਿਆ ਜਾਂਦਾ ਤਾਂ ਆਨਸਰ ਆਊਗਾ ਹੈਰੀ ਕਰੋਬਕ ਹੈਰੀ ਕਰੋਬਕ ਹੈਰੀ ਕਰੋਬਕ ਨੂੰ ਸਰੀਰਕ ਸਿੱਖਿਆ ਦਾ ਪਿਤਾਮਾ ਤੇ ਭਾਰਤ ਦੇ ਵਿੱਚ ਵੀ ਜਿਹੜੇ ਕਿ ਸਰੀਰਕ ਸਿੱਖਿਆ ਨੂੰ ਇੱਕ ਵਿਸ਼ੇ ਦੇ ਤੌਰ ਤੇ ਪਾਠਕ੍ਰਮ ਦੇ ਤੌਰ ਤੇ ਸ਼ੁਰੂ ਕੀਤਾ ਸੀ ਹੈਰੀ ਕਰੋਬਕ ਨੇ ਅਗਲਾ ਆਪਣਾ ਕੁਐਸਚਨ ਹੈ 1957 ਈਸਵੀ ਦੇ ਵਿੱਚ ਭਾਰਤ ਦਾ ਪਹਿਲਾ ਡਿਗਰੀ ਕਾਲਜ ਕਿੱਥੇ ਖੋਲਿਆ ਗਿਆ ਤਾਂ 1957 ਈਸਵੀ ਦੇ ਵਿੱਚ ਭਾਰਤ ਦਾ ਪਹਿਲਾ ਡਿਗਰੀ ਕਾਲਜ ਭਾਰਤ ਦਾ ਤਾਂ ਆਨਸਰ ਹੈ ਐਡਾਪਸ਼ਨ ਗਵਾਲੀਅਰ ਦੇ ਵਿੱਚ ਗਵਾਲੀਅਰ ਚ ਖੋਲਿਆ ਗਿਆ ਤੇ ਉਸ ਸਮੇਂ ਜਿਹੜੇ ਕੀ ਇਸ ਦਾ ਨਾਮ ਕੀ ਰੱਖਿਆ ਗਿਆ ਸੀ ਲక్ష్ਮੀ ਬਾਈ ਸ੍ਰੀ ਇੱਕ ਸਿੱਖਿਆ ਕਾਲਜ ਲక్ష్ਮੀ ਲక్ష్ਮੀ ਬਾਈ ਸ੍ਰੀ ਇੱਕ ਸਿੱਖਿਆ ਕਾਲਜ ਇਹ ਨਾਂ ਰੱਖਿਆ ਗਿਆ ਸੀ ਗਵਾਲੀਅਰ ਠੀਕ ਹੈ ਲక్ష్ਮੀ ਲక్ష్ਮੀ ਸ੍ਰੀਕ ਸਿੱਖਿਆ ਲక్ష్ਮੀਬਾਈ ਲక్ష్ਮੀਬਾਈ ਸ੍ਰੀਕ ਸਿੱਖਿਆ ਕਾਲਜ ਗਵਾਲੀਅਰ ਰੱਖਿਆ ਗਿਆ ਤੇ ਇਸ ਕਾਲਜ ਦੇ ਵਿੱਚ ਸ੍ਰੀਕ ਸਿੱਖਿਆ ਬੀਪੀਐਡ ਜਿਹੜੇ ਕਿ ਬੀਪੀਐਡ 3 ਸਾਲਾਂ ਦਾ ਕੋਰਸ ਸ਼ੁਰੂ ਕੀਤਾ ਗਿਆ ਸੀ ਕੀ ਸ਼ੁਰੂ ਕੀਤਾ ਗਿਆ ਸੀ ਇਸ ਕਾਲਜ ਦੇ ਵਿੱਚ ਬੀਪੀਐਡ 3 ਸਾਲਾਂ ਦਾ ਅਗਲਾ ਆਪਣਾ ਕੁਐਸਚਨ ਹੈ YMCA MCA MCA ਕਾਲਜ ਨੂੰ ਕਿਸ ਸਾਲ ਵਿੱਚ ਸਥਾਪਿਤ ਕੀਤਾ ਗਿਆ ਤਾਂ ਇਹਦਾ ਹੈ ਅਨਸਰ 1920 ਦੇ ਵਿੱਚ 1920 ਦੇ ਵਿੱਚ ਅਗਲਾ ਕੁਐਸਚਨ ਹੈ ਤਾਂ D.P.Ed ਕੋਰਸ 12ਵੀਂ ਤੋਂ ਬਾਅਦ ਕਿੰਨੇ ਸਾਲਾਂ ਵਿੱਚ ਕਰਵਾਇਆ ਜਾਂਦਾ ਹੈ ਤਾਂ ਇਹ D.P.Ed ਜਿਹੜੇ ਕਿ 12ਵੀਂ ਤੋਂ ਬਾਅਦ ਕਿੰਨੇ ਸਾਲਾਂ ਲਈ ਕਰਵਾਇਆ ਜਾਂਦਾ ਹੈ ਤਾਂ 2 ਸਾਲਾਂ ਲਈ ਤੇ ਸਾਰੀ ਹੀ ਮੈਂ ਚਾਰਟ ਬਣਾਏ ਹੋਏ ਨੇ ਜਿਦੇ ਵਿੱਚ ਸਾਰੇ ਕੋਰਸਸ ਦੱਸੇ ਹੋਣਗੇ ਠੀਕਾ ਉਹਨੂੰ ਤੁਸੀਂ ਜਦੋਂ ਦੇਖੋਗੇ ਤਾਂ ਤੁਹਾਡੇ ਸਾਰੇ ਕੁਐਸਚਨਸ ਕਲੀਅਰ ਹੋ ਜਾਣਗੇ ਅੱਗੇ ਹੈ ਜੋਗਾ ਵਿੱਚ ਜੋਗਾ ਵਿੱਚ ਮਾਹਿਰ ਬਣ ਲਈ ਕਿਹੜਾ ਕੋਰਸ ਕਰਵਾਇਆ ਜਾਂਦਾ ਵੀ ਜੇ ਕਿਸੇ ਨੇ ਜੋਗੇ ਜਿਹੜੇ ਕਰਦੇ ਆਪਾਂ ਠੀਕ ਹੈ ਉਹਨਾਂ ਦੇ ਵਿੱਚ ਮਾਹਿਰ ਬਣਨ ਲਈ ਕਿਹੜੇ ਕੋਰਸ ਕਰਵਾਏ ਜਾਂਦੇ ਨੇ ਸਰਟੀਫਿਕੇਟ ਕੋਰਸ ਇਨ ਜੋਗਾ ਬੈਚਲਰ ਆਫ ਜੋਗਾ ਡਿਪਲੋਮਾ ਇਨ ਜੋਗਾ ਤਾਂ ਇਹ ਸਾਰੇ ਆਪਸ਼ਨ ਆ ਗਿਆ ਸਾਰੇ ਅਗਲਾ ਹੈ ਅਰਜੁਨ ਅਵਾਰਡ ਜਿਹੜਾ ਪੁਰਸਕਾਰਾ ਇਹਦੇ ਵਿੱਚ ਖੜਿਆਰੇ ਨੂੰ ਕਿੰਨੀ ਰਕਮ ਮਿਲ ਦਿੱਤੀ ਜਾਂਦੀ ਹੈ ਤਾਂ 5 ਲੱਖ ਰੁਪਏ ਕਿੰਨੀ ਰਕਮ ਦਿੱਤੀ ਜਾਂਦੀ ਹੈ 5 ਲੱਖ ਰੁਪਏ ਤੇ ਮੈਂ ਤਾਕਤ ਵਾਲਾ ਕੁਐਸਚਨ ਬਾਰ-ਬਾਰ ਕਲੀਅਰ ਕਰ ਰਹੀ ਹਾਂ ਕਿ ਤਾਕਤ ਕਿੰਨੇ ਪ੍ਰਕਾਰ ਦੇ ਆ ਤਾਂ ਤਿੰਨ ਪ੍ਰਕਾਰ ਦੀ ਠੀਕ ਹੈ ਤਿੰਨ ਪ੍ਰਕਾਰ ਦੀ ਹੀ ਤੁਸੀਂ ਟਿਕ ਕਰਨਾ ਤਿੰਨ ਪ੍ਰਕਾਰ ਦੀ ਬਿਕੋਜ਼ ਬੁੱਕ ਦੇ ਵਿੱਚ ਤਿੰਨ ਪ੍ਰਕਾਰ ਆ ਤਾਂ ਬੁੱਕ ਦੇ ਅਕੋਰਡਿੰਗ ਹੀ ਜਿਹੜੇ ਕਿ ਸਹੀ ਮੰਨਿਆ ਜਾਂਦਾ ਹੁੰਦਾ ਅਗਲਾ ਹੈ ਖੇਡ ਸਿਖਲਾਈ ਦੇ ਖੇਤਰ ਵਿੱਚ ਡਿਪਲੋਮਾ ਇਨ ਸਪੋਰਟਸ ਕੋਚਿੰਗ ਕਿੰਨੇ ਸਮੇਂ ਦਾ ਹੁੰਦਾ ਹੈ ਤਾਂ ਖੇਡ ਸਿਖਲਾਈ ਖੇਤਰ ਦੇ ਵਿੱਚ ਡਿਪਲੋਮਾ ਇਨ ਕੋਰਸ ਡਿਪਲੋਮਾ ਇਨ ਸਪੋਰਟਸ ਕੋਚਿੰਗ ਦੇ ਵਿੱਚ 1 ਸਾਲ ਦਾ ਹੁੰਦਾ ਹੈ 1 ਸਾਲ ਦਾ ਅਗਲਾ ਹੈ ਕੁਐਸਚਨ ਆਪਣਾ ਰਾਸ਼ਟਰੀ ਖੇਡ ਦਿਵਸ ਕਿਸ ਖੜਿਆਰੀ ਦੇ ਜਨਮ ਦਿਨ ਦੇ ਤੌਰ ਤੇ ਜਿਹੜੇ ਕੀ ਮਨਾਇਆ ਜਾਂਦਾ ਤਾਂ ਇਹ ਹੈ ਮੇਜਰ ਧਿਆਨ ਚੰਦ ਮੇਜਰ ਧਿਆਨ ਚੰਦ ਜਿਹੜੇ ਕੀ ਪਲੇਅਰ ਨੇ ਉਹਨਾਂ ਦੇ ਜਨਮ ਦਿਨ ਜਨਮ ਦਿਨ ਵਾਲੇ ਜਿਹੜੇ ਕੀ ਖੇਡ ਦਿਵਸ ਮਨਾਇਆ ਜਾਂਦਾ ਤਾਂ ਇਹ ਅਲੱਗ ਤੋਂ ਕੁਐਸਚਨ ਵੀ ਪੁੱਛਿਆ ਜਾ ਸਕਦਾ ਕਿ ਕਿਹੜੇ ਦਿਨ ਨੂੰ ਜਿਹੜੇ ਕਿ ਖੇਡ ਦਿਵਸ ਮਨਾਇਆ ਜਾਂਦਾ ਤਾਂ 29 ਅਗਸਤ ਨੂੰ 29 ਅਗਸਤ ਨੂੰ ਭਾਵ ਕਿ 29 ਅਗਸਤ ਨੂੰ ਮੇਜਰ ਧਿਆਨ ਸਿੰਘ ਦਾ ਜਿਹੜੇ ਕਿ ਜਨਮ ਹੋਇਆ ਸੀ ਉਹਨਾਂ ਦੇ ਜਨਮ ਦੇ ਦਿਹਾੜੇ ਨੂੰ ਹੀ ਮੁੱਖ ਰੱਖ ਕੇ ਜਿਹੜੇ ਕਿ ਖੇਡ ਦਿਵਸ ਮਨਾਇਆ ਜਾਂਦਾ ਉਸੇ ਦਿਨ ਨੂੰ ਤਾਂ 29 ਅਗਸਤ ਨੂੰ ਤਾਂ ਇਹ ਮਨਾਇਆ ਕਿੱਥੇ ਜਾਂਦਾ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਵਿੱਚ ਦਿੱਲੀ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਵਿੱਚ ਅਗਲਾ ਹੈ ਭਾਰਤ ਦੇ ਮਹਾਨ ਸਿੱਖਿਆ ਮੰਤਰੀ ਜਿਵੇਂ ਕੁਐਸਚਨ ਅਲੱਗ ਤੋਂ ਵੀ ਪੁੱਛਿਆ ਜਾ ਸਕਦਾ ਹੈ ਕਿ ਜਿਹੜੇ ਕਿ ਮੂਲਾਨਾ ਮੂਲਾਨਾ ਅਬਦੁਲ ਕਲਾਮ ਆਜ਼ਾਦ ਕੌਣ ਸਨ ਤਾਂ ਇਹ ਭਾਰਤ ਦੇ ਸਿੱਖਿਆ ਮੰਤਰੀ ਸਨ ਭਾਰਤ ਦੇ ਸਿੱਖਿਆ ਮੰਤਰੀ ਇਹਨਾਂ ਦੀ ਜਾਤ ਦੇ ਵਿੱਚ ਕਿਹੜੀ ਟਰੋਫੀ ਅਵਾਰਡ ਦਿੱਤਾ ਜਾਂਦਾ ਜਾਂ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਖੇਡਾਂ ਵਿੱਚ ਪ੍ਰਦਰਸ਼ਨ ਕਰਨ ਵਾਲੀ ਸਰਵੋਤਮ ਯੂਨੀਵਰਸਿਟੀ ਨੂੰ ਜਿਹੜੇ ਪ੍ਰਮੁੱਖ ਯੂਨੀਵਰਸਿਟੀ ਹੁੰਦੀ ਹੈ ਜਿਹਨੇ ਵਧੀਆ ਖੇਡਾਂ ਦੇ ਵਿੱਚ ਆਪਣਾ ਪਰਫਾਰਮੈਂਸ ਕੀਤੀ ਹੁੰਦੀ ਆ ਤਾਂ ਉਹਨੂੰ ਕਿਹੜਾ ਅਵਾਰਡ ਦਿੱਤਾ ਜਾਂਦਾ ਤਾਂ ਉਹਨੂੰ ਦਿੱਤਾ ਜਾਂਦਾ ਮওলানা ਅਬੁਲ ਕਲਾਮ ਆਜ਼ਾਦ ਟਰੋਫੀ ਮওলানা ਅਬੁਲ ਕਲਾਮ ਆਜ਼ਾਦ ਟਰੋਫੀ ਭਾਵ ਕਿ ਇਹ ਟਰੋਫੀ ਉਹਨਾਂ ਯੂਨੀਵਰਸਿਟੀਆਂ ਨੂੰ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਨੇ ਬੈਸਟ ਪਰਫਾਰਮੈਂਸ ਕੀਤੀ ਵੀ ਹੁੰਦੀਆਂ ਨੇ ਸਭ ਤੋਂ ਬੈਸਟ ਜਿਨ੍ਹਾਂ ਨੂੰ ਹੁੰਦਾ ਠੀਕ ਹੈ ਉਹਨਾਂ ਨੂੰ ਇਹ ਵਾਲੀ ਟਰੋਫੀ ਦਿੱਤੀ ਜਾਂਦੀ ਆ ਤੇ ਇਹਨੂੰ ਇਹਨੂੰ ਕਹਿੰਦੇ ਕੀ ਨੇ ਮਾਕਾ ਠੀਕ ਹੈ ਮਾਕਾ ਜਾਂ ਪੁੱਛਿਆ ਜਾ ਸਕਦਾ ਜਿਵੇਂ ਆਪਣਾ ਪਹਿਲਾਂ ਉਹ ਕਰਿਆ ਸੀ ਕਿ ਨੇਤਾ ਜਿਸ਼ਪਾ ਸੁਭਾਸ ਚੰਦਰ ਉਹਦੇ ਵਾਲਾ ਇੰਸਟੀਚਿਊਟ ਉਹਦੀ ਫੁੱਲ ਫਾਰਮ ਐਮਈਏ ਦੀ ਪੁੱਛੀ ਜਾ ਸਕਦੀ ਹੈ ਕਿ ਐਮਏ ਕੇਏ ਇਸ ਦੀ ਫੁੱਲ ਫਾਰਮ ਕੀ ਹੈ ਤਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਮੌਲਾਨਾ ਅਬੁਲ ਕਲਾਮ ਆਜ਼ਾਦ ਠੀਕ ਹੈ ਜਿਹਨੂੰ ਮਾਕਾ ਵੀ ਲਿਖਿਆ ਜਾ ਸਕਦਾ ਇਹਦੀ ਸ਼ੁਰੂਆਤ ਕਦੋਂ ਕੀਤੀ ਗਈ ਮੈਂ ਸਾਰੇ ਕੁਐਸਚਨ ਇਕੱਠੇ ਹੀ ਇੱਥੇ ਕੰਬਾਈਨ ਕਰ ਲਏ ਠੀਕ ਹੈ ਕੁਐਸਚਨ ਹੈ ਵਨ ਲਾਈਨਰ ਅਲੱਗ-ਅਲੱਗ ਹੀ ਪੁੱਛੇ ਜਾਂਦੇ ਹੁੰਦੇ ਨੇ ਤਾਂ ਇਹ ਜਿਵੇਂ مولانا ਅਬੁਲ ਕਲਾਮ ਜਾਰ ਟਰਾਫੀ ਦੀ ਸ਼ੁਰੂਆਤ ਕਦੋਂ ਕੀਤੀ ਗਈ ਤਾਂ ਸ਼ੁਰੂਆਤ ਹੋਈ 1956 ਤੇ 57 ਦੇ ਵਿੱਚ 1956 ਤੇ 57 ਦੇ ਵਿੱਚ ਤੇ ਇਹ ਟਰਾਫੀ ਹੈ ਕਿਹੜੀ ਹੈ ਰਨਿੰਗ ਟਰਾਫੀ ਆ ਰਨਿੰਗ ਟਰਾਫੀ ਚਲੰਤ ਟਰਾਫੀ ਤੇ ਇਹਦੇ ਜਿਹੜੇ ਫਰਸਟ ਯੂਨੀਵਰਸਿਟੀ ਆਉਂਦੇ ਉਹਨੂੰ ਕਿੰਨੇ ਲੱਖ ਰੁਪਏ ਦੀ ਰਕਮ ਹੁੰਦੀ ਹੈ ਉਹਨੂੰ 20 ਲੱਖ ਰੁਪਏ مولانا ਅਬੁਲ ਕਲਾਮ ਜਾਰ ਟਰਾਫੀ ਦੇ ਅੰਡਰ ਜਿਹੜੀ ਯੂਨੀਵਰਸਿਟੀ ਫਰਸਟ ਹੁੰਦੀ ਹੈ ਉਹਨੂੰ 20 ਲੱਖ ਰੁਪਏ ਤੇ ਜਿਹੜੀ ਸੈਕੰਡ ਤੇ ਹੁੰਦੀ ਹੈ ਉਹਨੂੰ 15 ਲੱਖ ਰੁਪਏ ਤੇ ਜਿਹੜੀ 3 ਨੰਬਰ ਤੇ ਆਉਂਦੀ ਉਹਨੂੰ 10 ਲੱਖ ਰੁਪਏ ਤੇ ਜਿਹੜੀ 4th ਨੰਬਰ ਤੇ ਉਹਨੂੰ 5 ਲੱਖ ਰੁਪਏ ਤੇ ਜਿਹੜੀ 5th ਨੰਬਰ ਤੇ ਆਉਂਦੀ ਉਹਨੂੰ 3 ਲੱਖ ਰੁਪਏ ਦਿੱਤੇ ਜਾਂਦੇ ਨੇ। ਅਗਲਾ ਹੈ ਭਾਰਤ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਉੱਚ ਕੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਦੇਸ਼ ਦਾ ਸਰਬਉੱਤਮ ਅਵਾਰਡ ਕਿਹੜਾ ਦਿੱਤਾ ਜਾਂਦਾ? ਜਾਂ ਕੁਸ਼ਨ ਇਹ ਵੀ ਬਣ ਸਕਦਾ ਕਿ ਦੇਸ਼ ਦਾ ਸਰਬਉੱਚ ਅਵਾਰਡ ਕਿਹੜਾ? ਤਾਂ ਰਾਜੀਵ ਗਾਂਧੀ ਖੇਡ ਰਤਨ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ। ਇਹ ਕਦੋਂ ਸ਼ੁਰੂ ਕੀਤਾ ਗਿਆ ਸੀ 1991 ਤੇ 1992 ਦੇ ਵਿੱਚ ਇਹ ਸਾਰੇ ਅਵਾਰਡ ਚੰਗੇ ਤਰੀਕੇ ਨਾਲ ਯਾਰ ਕਰਨੇ ਨੇ ਇਹ 1991 91 ਦੇ ਵਿੱਚ ਸ਼ੁਰੂ ਕੀਤਾ ਗਿਆ ਤਾਂ ਇਹਦੇ ਵਿੱਚ ਰਕਮ ਕਿੰਨੀ ਆ 7 ਲੱਖ ਰੁਪਏ ਕਿੰਨੀ ਰਕਮ ਆ 7 ਲੱਖ ਰੁਪਏ ਤੇ ਸਨਮਾਨ ਪੱਤਰ ਦਿੱਤੇ ਜਾਂਦੇ ਨੇ ਤੁਹਾਨੂੰ ਹਰ ਚੈਪਟਰ ਦੇ ਐਨ ਵਧੀਆ ਤਰੀਕੇ ਨਾਲ ਕੁਐਸਚਨਸ ਸ਼ਾਰਟ ਕਰਨੇ ਹੋਣਗੇ ਬਿਕੋਜ਼ ਕੁਐਸਚਨ ਕਿੰਨੇ ਆਉਣਗੇ 20 20 ਕੁਐਸਚਨ ਜਿਨ੍ਹਾਂ ਦੇ ਵਿੱਚ ਫਿਲ ਅਪਸ ਟਰੂ ਫਾਲਸ ਤੇ ਐਮਸੀਕਿਊਜ਼ ਵਨ ਲਾਈਨਰ ਕੁਐਸਚਨ ਆਉਣਗੇ ਤੇ ਤੁਹਾਡੇ ਕੋਲ ਚੈਪਟਰ ਕਿੰਨੇ ਨੇ 6 ਭਾਬ ਕੇ ਹਰ ਚੈਪਟਰ ਚੋ ਤਿੰਨ ਤਿੰਨ ਕੁਐਸਚਨ ਤਾਂ ਜਾਣਗੇ ਕਿਸੇ ਚੈਪਟਰ ਚੋ ਜਿਹੜੇ ਕਿ ਚਾਰ ਵੀ ਆ ਸਕਦੇ ਨੇ ਕਿਉਂਕਿ 20 ਕੁਐਸਚਨਸ ਹੋਣਗੇ 6 ਚੈਪਟਰਾਂ ਚੋ ਅਗਲਾ ਹੈ ਤੇ ਇਹਦੇ ਵਿੱਚ 7 ਲੱਖ ਰੁਪਏ ਦਿੱਤੇ ਜਾਂਦੇ ਨੇ ਤੇ ਪਰਫਾਰਮੈਂਸ ਜਿਹੜੇ ਕਿ ਇਹਦੇ ਵਿੱਚ ਕਦੋਂ ਤੋਂ ਕਰੋ ਤੱਕ ਦੇਖੀ ਜਾਂਦੀ ਹੈ 1 April ਤੋਂ 31 March ਤੱਕ 1 April ਤੋਂ 31 March ਤੱਕ ਅਗਲਾ ਹੈ ਭਾਰਤ ਵਿੱਚ ਸਰੀਰਕ ਸਿੱਖਿਆ ਪਾਠਕਰਮ ਇਹ ਆਪਣਾ ਹੋਇਆ ਗਿਆ ਸੀ 1920 ਦੇ ਵਿੱਚ ਅਗਲਾ ਹੈ ਵਿਰਾਟ ਕੋਹਲੀ ਨੂੰ ਕਿਸ ਸਾਲ ਰਜੀਵ ਗਾਂਧੀ ਖੇਡ ਪੁਰਸਕਾਰ ਮਿਲਿਆ ਸੀ ਜਾਂ ਕੁਐਸਚਨ ਪੁੱਛਿਆ ਜਾ ਸਕਦਾ ਕਿ ਰਜੀਵ ਗਾਂਧੀ ਖੇਡ ਪੁਰਸਕਾਰ ਕਿਨੂੰ ਮਿਲਿਆ ਤਾਂ ਵਿਰਾਟ ਕੋਹਲੀ ਨੂੰ ਮਿਲਿਆ ਕਦੋਂ ਮਿਲਿਆ 2018 ਦੇ ਵਿੱਚ 2018 ਦੇ ਵਿੱਚ ਅਗਲਾ ਹੈ ਪੰਜਾਬ ਦਾ ਪੰਜਾਬ ਦਾ ਸਭ ਤੋਂ ਵੱਡਾ ਖੇਡ ਅਵਾਰਡ ਪੁਰਸਕਾਰ ਕਿਹੜਾ ਤਾਂ ਉਹ ਹੈਗਾ ਪੰਜਾਬ ਦਾ ਪੰਜਾਬ ਦਾ ਹੈਗਾ ਮਹਾਰਾਜ ਰਣਜੀਤ ਸਿੰਘ ਤੇ ਇਹ ਕਦੋਂ ਸ਼ੁਰੂਆਤ ਕੀਤਾ ਗਿਆ ਸੀ 1978 ਦੇ ਵਿੱਚ 1978 ਚ ਸ਼ੁਰੂ ਕੀਤਾ ਗਿਆ ਸੀ ਇਹਦੇ ਵਿੱਚ ਰਕਮ ਕਿੰਨੀ ਆ 5 ਲੱਖ ਰੁਪਏ 5 ਲੱਖ ਰੁਪਏ ਆ 2018 ਦੀ ਪਾਲਿਸੀ ਦੇ ਅੰਡਰ 5 ਲੱਖ ਰੁਪਏ ਪਹਿਲਾਂ ਇਹਦੇ ਵਿੱਚ ਸਿਰਫ 1 ਲੱਖ ਰੁਪਏ ਸੀ ਅ ਅਗਲਾ ਹੈ ਪੰਜਾਬ ਸਟੇਟ ਖੇਡ ਅਵਾਰਡ ਕਿਹੜਾ ਜੇ ਕੁਐਸਚਨ ਪੁੱਛਿਆ ਜਾਵੇ ਕਿ ਪੰਜਾਬ ਸਟੇਟ ਦਾ ਖੇਡ ਅਵਾਰਡ ਕਿਹੜਾ ਤਾਂ ਮਹਾਰਾਜਾ ਰਣਜੀਤ ਸਿੰਘ ਤੇ ਇਹ 1996 ਤੋਂ 2005 ਦੇ ਵਿੱਚ ਇਹਨੂੰ ਮੌਲਤਰ ਕਰ ਦਿੱਤਾ ਗਿਆ ਸੀ ਪਰ ਬਾਅਦ ਦੇ ਵਿੱਚ ਫਿਰ ਤੋਂ 2006 ਦੇ ਵਿੱਚ ਦੁਬਾਰਾ ਸ਼ੁਰੂ ਕੀਤਾ ਗਿਆ ਅਗਲਾ ਆਪਣਾ ਕੁਐਸਚਨ ਹੈ ਪੰਜਾਬ ਦਾ ਸਭ ਤੋਂ ਪਹਿਲਾ ਮਹਾਰਾਜਾ ਰਣਜੀਤ ਸਿੰਘ ਅਵਾਰਡ ਕਿਸ ਨੂੰ ਦਿੱਤਾ ਗਿਆ ਸੀ ਪੰਜਾਬ ਦਾ ਸਟੇਟ ਅਵਾਰਡ ਹੈਗਾ ਮਹਾਰਾਜਾ ਰਣਜੀਤ ਸਿੰਘ ਖੇਡ ਖੇਡ ਠੀਕ ਹੈ ਗੇਮਸ ਵਾਲਾ ਅਵਾਰਡ ਹੈ ਮਹਾਰਾਜਾ ਰਣਜੀਤ ਸਿੰਘ ਤਾਂ ਇਹ ਕਿਹਨੂੰ ਦਿੱਤਾ ਗਿਆ ਸੀ 올ੰਪੀਅਨ ਪ੍ਰਗਟ ਸਿੰਘ ਨੂੰ ਜਿਹੜੇ ਕਿ ਹਾਕੀ ਦੇ ਪਲੇਅਰ ਨੇ ਅਗਲਾ ਹੈ ਸਭ ਤੋਂ ਪਹਿਲਾ ਰਜੀਵ ਗਾਂਧੀ ਖੇਡ ਰਤਨ ਖੇਡ ਰਤਨ ਅਵਾਰਡ ਕਿਸ ਨੂੰ ਕਿਹੜੀ ਮਹਿਲਾ ਨੂੰ ਦਿੱਤਾ ਗਿਆ ਕਿਹੜੇ ਫੀਮੇਲ ਨੂੰ ਦਿੱਤਾ ਗਿਆ ਸੀ ਕਿਹੜੀ ਫੀਮੇਲ ਨੂੰ ਤਾਂ ਉਹ ਹੈ ਕਰਨ ਮਲੇਸ਼ਵਰੀ ਨੂੰ ਭਾਰਤ ਤੋਲਣ ਦੇ ਵਿੱਚ ਦਿੱਤਾ ਗਿਆ ਸੀ 1995 ਤੇ 96 ਦੇ ਵਿੱਚ ਰਜੀਵ ਗਾਂਧੀ ਖੇਡ ਰਤਨ ਅਵਾਰਡ ਜਾਂ ਪੁਰਸਕਾਰ ਅਗਲਾ ਹੈ ਰਜੀਵ ਗਾਂਧੀ ਖੇਡ ਰਤਨ ਪੁਰਸਕਾਰ ਸਭ ਤੋਂ ਪਹਿਲਾਂ ਕਿਸ ਨੂੰ ਮਿਲਿਆ ਇੱਥੇ ਇੱਥੇ ਪੁੱਛਿਆ ਗਿਆ ਸੀ ਫੀਮੇਲ ਕਿਹਨੂੰ ਕਿਹੜੀ ਮਹਿਲਾ ਨੂੰ ਪਹਿਲਾਂ ਮਿਲਿਆ ਸੀ ਇੱਥੇ ਜਿਹੜੇ ਕਿ ਜਸਟ ਪਹਿਲਾਂ ਪੁੱਛਿਆ ਗਿਆ ਕਿਨੂੰ ਮਿਲਿਆ ਸੀ ਤਾਂ 1992 ਤੇ 93 ਵਿੱਚ ਮਿਲਿਆ ਸੀ ਤਾਂ ਇਹ ਮਿਲਿਆ ਸੀ ਵਿਸ਼ਵਨਾਥਨ ਆਨੰਦ ਨੂੰ ਵਿਸ਼ਵਨਾਥਨ ਆਨੰਦ ਨੂੰ ਅਗਲਾ ਹੈ ਮਹਾਰਾਜਾ ਰਣਜੀਤ ਸਿੰਘ ਅਵਾਰਡ ਕਿੰਨਾ ਖਿਡਿਆਰਿਆਂ ਨੂੰ ਦਿੱਤਾ ਜਾਂਦਾ ਤਾਂ ਕਿਹੜੇ ਨੂੰ ਦਿੱਤਾ ਜਾਂਦਾ ਜਿੰਨਾ ਖੜਿਆ ਰਹੇ ਨੇ ਅੰਤਰਰਾਸ਼ਟਰੀ ਜਾਂ ਰਾਸ਼ਟਰੀ ਅੰਤਰਰਾਸ਼ਟਰੀ ਜਾਂ ਰਾਸ਼ਟਰੀ ਪੱਧਰ ਤੇ ਰਾਜ ਦਾ ਨਾਮ ਰੋਸ਼ਨ ਕੀਤਾ ਹੋਵੇ ਰਾਜ ਮੀਨਸ ਸਟੇਟ ਜਿਹੜੇ ਪਲੇਅਰਸ ਨੇ ਜਾਂ ਜਿਹੜੇ ਕੀ ਰਾਸ਼ਟਰੀ ਜਾਂ ਇੰਟਰਨੈਸ਼ਨਲ ਠੀਕ ਹੈ ਨੈਸ਼ਨਲ ਜਾਂ ਇੰਟਰਨੈਸ਼ਨਲ ਪੱਧਰ ਤੇ ਸਟੇਟ ਦਾ ਨਾਮ ਰੋਸ਼ਨ ਕੀਤਾ ਹੋਵੇ ਤਾਂ ਉਹਨਾਂ ਨੂੰ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੋਵੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ 어ਵਾਰਡ ਦਿੱਤਾ ਜਾਂਦਾ ਅਗਲਾ ਹੈ ਕੋਚਾਂ ਨੂੰ ਕਿਹੜਾ ਅਵਾਰਡ ਦਿੱਤਾ ਜਾਂਦਾ ਤਾਂ ਕੋਚਾਂ ਨੂੰ ਅਵਾਰਡ ਦਿੱਤਾ ਹੈ ਨਾ ਦਰੋਣਾਚਾਰੀਆ ਕਿਹੜਾ ਅਵਾਰਡ ਦਿੱਤਾ ਹੈ ਨਾ ਦਰੋਣਾਚਾਰੀਆ ਦਰੋਣਾਚਾਰੀਆ ਦੀ ਰਕਮ ਕਿੰਨੀ ਹੈ 5 ਲੱਖ ਰੁਪਏ ਤੇ ਇਹ ਕਦੋਂ ਸ਼ੁਰੂ ਕੀਤਾ ਗਿਆ ਸੀ 1985 ਈਸਵੀ ਦੇ ਵਿੱਚ ਦਰੋਣਾਚਾਰੀਆ ਅਵਾਰਡ ਜਿਹੜਾ ਕੋਚ ਹੁੰਦੇ ਨੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਇਹ 1985 ਚ ਸ਼ੁਰੂ ਕੀਤਾ ਗਿਆ ਸੀ 5 ਲੱਖ ਰੁਪਏ ਦੀ ਰਕਮ ਹੈ ਤੇ ਇਹ ਰਾਸ਼ਟਰਪਤੀ ਵੱਲ ਦਿੱਤਾ ਜਾਂਦਾ ਤਾਂ ਇਹਦਾ ਇਹ ਇਹਦੇ ਵਿੱਚ ਹੁੰਦਾ ਕੀ ਹੈ ਗੁਰੂ ਗੁਰੂ ਦਰੋਣਾਚਾਰੀਆ ਦੀ ਕਾਂਸੀ ਦੀ ਜਿਹੜੀ ਮੂਰਤੀ ਹੁੰਦੀ ਹੈ ਤੇ ਇਸ ਅਵਾਰਡ ਦਾ ਇਹ ਦਰੋਣਾਚਾਰੀਆ ਅਵਾਰਡ ਕਿਉਂ ਨਾ ਰੱਖਿਆ ਗਿਆ ਕਿਉਂਕਿ ਮਹਾਭਾਰਤ ਕਾਲ ਦੇ ਜਿਹੜੇ ਕਿ ਅਰਜੁਨ ਅਰਜੁਨ ਦੇ ਗੁਰੂ ਸੀ ਦਰੋਣਾਚਾਰੀਆ ਉਹਦੇ ਨਾਂ ਤੇ ਰੱਖਿਆ ਜਾਂਦਾ ਠੀਕ ਹੈ ਅਰਜੁਨ ਦਾ ਗੁਰੂ ਸੀ ਦਰੋਣਾਚਾਰੀਆ ਇਸੇ ਤਰ੍ਹਾਂ ਭਾਵ ਕਿ ਜਿਹੜੇ ਆਪਣੇ ਪਲੇਅਰਸ ਹੁੰਦੇ ਨੇ ਇਹਨਾਂ ਦੇ ਗੁਰੂ ਕੌਣ ਹੋਗੇ ਕੋਚ ਠੀਕ ਹੈ ਉਹਨਾਂ ਨੂੰ ਦਿੱਤਾ ਜਾਣ ਵਾਲਾ ਅਵਾਰਡ ਕਿਹੜਾ ਹੋਗਾ ਦਰੋਣਾਚਾਰੀਆ ਅਵਾਰਡ ਮੈਂ ਇੱਕ ਕੁਐਸਚਨ ਦੇ ਵਿੱਚ ਹੀ ਕਾਫੀ ਕੁਐਸਚਨਸ ਐਡ ਕੀਤੇ ਹੋਏ ਨੇ ਸੋ ਇਹ ਅਲੱਗ-ਅਲੱਗ ਬਣਨਗੇ ਤੁਹਾਡੇ ਅਗਲਾ ਹੈ ਅਰਜੁਨ ਅਵਾਰਡ ਕਦੋਂ ਸ਼ੁਰੂ ਕੀਤਾ ਗਿਆ ਸੀ ਅਰਜੁਨ ਅਵਾਰਡ 1961 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਹਦੇ ਵਿੱਚ 5 ਲੱਖ ਰੁਪਏ ਰਕਮਾਂ ਤੇ ਇਹ ਦੇਸ਼ ਦਾ ਦੂਜਾ ਵੱਡਾ ਖੇਡ ਅਵਾਰਡ ਠੀਕ ਹੈ ਇਹ ਕੁਸ਼ਣ ਬੰਦਾ ਕਿ ਦੇਸ਼ ਦਾ ਦੂਜਾ ਵੱਡਾ ਖੇਡ ਅਵਾਰਡ ਕਿਹੜਾ ਤਾ ਉਹ ਹੈ ਅਰਜੁਨ ਅਵਾਰਡ ਕਿਹੜਾ ਹੋ ਅਰਜੁਨ ਅਵਾਰਡ ਜਿਹੜਾ ਕਿ ਦੂਜਾ ਵੱਡੇ ਪੱਧਰ ਤੇ ਦੂਜਾ ਜਿਹੜੇ ਕਿ ਖੇਡ ਅਵਾਰਡ ਆ ਤਾਂ ਇਹ ਕਦੋਂ ਸ਼ੁਰੂ ਕੀਤਾ ਗਿਆ ਸੀ 1961 ਦੇ ਵਿੱਚ ਇਹਦੀ ਰਕਮ ਕਿੰਨੀ ਆ 5 ਲੱਖ ਰੁਪਏ 1961 ਚ ਸ਼ੁਰੂ ਕੀਤਾ ਗਿਆ ਸੀ ਇਹ ਅਗਲਾ ਹੈ 1 ਸਾਲ ਵਿੱਚ ਅਰਜੁਨ ਅਵਾਰਡ ਕਿੰਨੇ ਪਲੇਅਰਸ ਨੂੰ ਦਿੱਤਾ ਜਾਂਦਾ ਤਾਂ ਇਹ 15 15 ਖੜਿਆਰ ਨੂੰ ਦਿੱਤਾ ਜਾਂਦਾ ਇੱਕ ਸਾਲ ਦੇ ਵਿੱਚ ਇਹ ਅਰਜੁਨ ਅਵਾਰਡ 15 ਪਲੇਅਰਸ ਨੂੰ ਹਾਂਜੀ ਅਗਲਾ ਕੁਸ਼ਚਨ ਹੈ ਰਾਜਕੁਮਾਰੀ ਅਮਰਿਤਕੌਰ ਕੋਚਿੰਗ ਸਕੀਮ ਕੀ ਹੈ ਤਾਂ ਰਾਜਕੁਮਾਰੀ ਅਮਰਿਤਕੌਰ ਕੋਚਿੰਗ ਸਕੀਮ ਹੈ 1953 ਦੇ ਵਿੱਚ ਸ਼ੁਰੂ ਕੀਤੀ ਗਈ ਤਾਂ ਜਿਹਦੇ ਵਿੱਚ 8 ਸਾਲ ਦੇ ਬਾਅਦ ਇਸ ਨੂੰ ਰਾਸ਼ਟਰੀ ਖੇਡ ਸੰਸਥਾਨ ਦੇ ਵਿੱਚ ਚੇਂਜ ਕੀਤਾ ਗਿਆ ਸੀ ਮਿਲਾ ਦਿੱਤਾ ਗਿਆ ਸੀ ਤੇ ਇਸ ਸਕੀਮ ਦਾ ਉਦੇਸ਼ ਕੀ ਸੀ ਖਿਡਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨਾ ਕੀ ਉਦੇਸ਼ ਸੀ ਜਿਹੜੇ ਪਲੇਅਰਸ ਹੁੰਦੇ ਨੇ ਇਹਨਾਂ ਨੂੰ ਸਿਖਲਾਈ ਪ੍ਰਦਾਨ ਕਰਨਾ ਅਗਲਾ ਹੈ ਆਪਣਾ ਕੁਐਸਚਨ ਖੇਡ ਸਿਖਲਾਈ ਦੇ ਖੇਤਰ ਵਿੱਚ ਡਿਪਲੋਮਾ ਇਨ ਸਪੋਰਟਸ ਕੋਚਿੰਗ ਕਿੰਨੇ ਸਮੇਂ ਦਾ ਹੁੰਦਾ ਤਾਂ 1 ਸਾਲ ਦਾ ਹੁੰਦਾ ਇਹ ਇਹ ਤੁਹਾਨੂੰ ਚਾਰਟ ਦੇ ਵਿੱਚ ਕਲੀਅਰ ਹੋ ਜਾਣਗੇ ਸਾਰੇ ਅ ਇੰਡੀਆ ਨਾ 올림픽 ਕਿਸ ਸਾਲ ਬਣਾਈ ਗਈ ਸੀ 1927 ਦੇ ਵਿੱਚ ਭਾਰਤੀ ਐਜੂਕੇਸ਼ਨ ਕਮਿਸ਼ਨ ਦਾ ਦੂਜਾ ਨਾਂ ਕੀ ਹੈ ਤਾਂ ਕੋਠਾਰੀ ਕਮਿਸ਼ਨ ਕੀ ਨਾਂ ਹੈ ਕੋਠਾਰੀ ਕਮਿਸ਼ਨ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਇਹ ਯਾਦ ਰੱਖਣਾ ਤੁਸੀਂ ਕਿ ਆਜ਼ਾਦੀ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਸਰੀਰਕ ਸਿੱਖਿਆ ਦਾ ਜਿਹੜਾ ਕਿ ਅਧਿਆਪਕ ਨੂੰ ਸਿੱਖਿਅਤ ਕਰਨ ਲਈ ਕੋਈ ਸੈਂਟਰ ਨਹੀਂ ਸੀ ਤਾਂ ਇਹ ਕਿੱਥੇ ਸ਼ੁਰੂ ਕੀਤਾ ਗਿਆ ਸੀ ਤਾਰਾ ਦੇਵੀ ਸ਼ਿਮਲਾ ਦੇ ਵਿੱਚ ਠੀਕ ਹੈ ਤਾਰਾ ਦੇਵੀ ਸ਼ਿਮਲਾ ਵਿਖੇ ਸ਼ੁਰੂ ਕੀਤਾ ਗਿਆ ਸੀ 6 ਮਹੀਨੇ ਦਾ ਕੋਰਸ ਸ਼ੁਰੂ ਕੀਤਾ ਗਿਆ ਸੀ ਇਹ ਤੇ ਇਹਦੇ ਵਿੱਚ ਪੰਜਾਬ ਸਰਕਾਰ ਨੇ ਪਹਿਲੀ ਵਾਰ ਜਿਹੜਾ ਇੱਕ ਸਿੱਖਿਆ ਕਾਲਜ ਜਿਹੜੇ ਕਿ ਕਿੱਥੇ ਚਲਾਇਆ ਸੀ ਤਾਂ ਇਹ ਸੀ ਰੋਪੜ ਚ ਰੋਪੜ ਚ 1952 ਈਸਵੀ ਚ ਪੰਜਾਬ ਸਰਕਾਰ ਨੇ ਰੋਪੜ ਵਿਖੇ ਸ੍ਰੀ ਸਿੱਖਿਆ ਕਾਲਜ ਦਾ ਜਿਹੜੇ ਕਿ ਸ਼ੁਰੂ ਕੀਤਾ ਸੀ ਇਹ 1952 ਤੋਂ ਲੈ ਕੇ 58 ਈਸਵੀ ਤੱਕ ਚੱਲਿਆ ਫੇਰ 1958 ਈਸਵੀ ਦੇ ਵਿੱਚ ਜਿਹੜੇ ਕਿ ਕਾਲਜ ਨੂੰ ਪਟਿਆਲਾ ਦੇ ਵਿੱਚ ਸਥਾਪਿਤ ਕੀਤਾ ਦਿੱਤਾ ਗਿਆ ਪੱਕੇ ਤੌਰ ਤੇ ਪਹਿਲਾਂ ਰੋਪੜ ਸੀ ਰੋਪੜ ਤੋਂ ਬਾਅਦ ਫੇਰ 58 ਦੇ ਵਿੱਚ ਕਿੱਥੇ ਸ਼ੁਰੂ ਕੀਤਾ ਗਿਆ ਪਟਿਆਲਾ ਦੇ ਵਿੱਚ ਤਾਂ ਇਹ ਪੱਕੇ ਤੌਰ ਤੇ ਸਥਾਪਿਤ ਕੀਤਾ ਗਿਆ ਤੇ ਇਸ ਕਾਲਜ ਦੇ ਵਿੱਚ ਜਿਹੜੀ ਸੀਪੀਆਰਸੀ ਇਹਨੂੰ ਇੱਕ ਸਾਲ ਦਾ ਕੋਰਸ ਸ਼ੁਰੂ ਕੀਤਾ ਗਿਆ ਤੇ ਹੁਣ ਇਸ ਕਾਲਜ ਨੂੰ ਜਿਹੜਾ ਪਟਿਆਲੇ ਚ ਸਰੀਰਿਕ ਸਿੱਖਿਆ ਦਾ ਕਾਲਜ ਹੈ ਇਸ ਦਾ ਨਾਮ ਬਦਲ ਕੇ ਕੀ ਰੱਖਿਆ ਹੋਇਆ ਪ੍ਰੋਫੈਸਰ ਗੁਰਸੇਵਕ ਸਿੰਘ ਸਰਕਾਰੀ ਸਰੀਰਿਕ ਸਿੱਖਿਆ ਕਾਲਜ ਇਹ ਸ਼ਾਰਟ ਕੁਐਸ਼ਨਸ ਇਹ ਚੋਂ ਬਹੁਤ ਔੜੇ ਨਿਕਲਦੇ ਨੇ ਜਿਵੇਂ ਪੁੱਛਿਆ ਜਾ ਸਕਦਾ ਕਿ ਪਹਿਲੀ ਵਾਰ ਸਰੀਰਿਕ ਸਿੱਖਿਆ ਪੰਜਾਬ ਸਰਕਾਰ ਨੇ ਕਾਲਜ ਕਿੱਥੇ ਸ਼ੁਰੂ ਕੀਤਾ ਗਿਆ ਸੀ ਤਾਂ ਰੋਪੜ ਚ ਕਰੋ ਤੱਕ ਚੱਲੇ 1952 ਤੋਂ 1958 ਦੇ ਵਿੱਚ ਤੇ 1958 ਦੇ ਵਿੱਚ ਕਿੱਥੇ ਸ਼ੁਰੂ ਕੀਤਾ ਗਿਆ ਸੀ ਤਾਂ ਪਟਿਆਲਾ ਦੇ ਵਿੱਚ ਤੇ ਹੁਣ ਇਸ ਕਾਲਜ ਦਾ ਕੀ ਨਾਮ ਰੱਖਿਆ ਹੋਇਆ ਪ੍ਰੋਫੈਸਰ ਗੁਰਸੇਵਕ ਸਿੰਘ ਸਰਕਾਰੀ ਸ੍ਰੀਖ ਸਿੱਖਿਆ ਕਾਲਜ ਕੁਝ ਹੋਰ ਕੁਐਸਚਨ ਜਿਵੇਂ ਖੇਡਾਂ ਵਿੱਚ ਕੋਚਿੰਗ ਸਪੈਸ਼ਲੀ ਕੀ ਯੋਗਤਾ ਹੋਣੀ ਚਾਹੀਦੀ ਆ ਤਾਂ ਕੀ ਯੋਗਤਾ ਹੋਣੀ ਚਾਹੀਦੀ ਆ ਐਨ ਐਸ NIS NS NIS ਖੇਡਾਂ ਵਿੱਚ ਕੋਚਿੰਗ ਪੇਸ਼ੇ ਦੇ ਲਈ ਇਹ ਯੋਗਤਾ ਹੋਣੀ ਚਾਹੀਦੀ ਹੈ ਠੀਕ ਹੈ ਇਸ ਤੋਂ ਇਲਾਵਾ ਹੋਰ ਕੁਐਸਚਨ ਜਿਵੇਂ ਕਿ ਇਹਨਾਂ ਦੇ ਵਿੱਚੋਂ 1961 ਦੇ ਵਿੱਚ ਅਰਜੁਨ ਅਵਾਰਡ ਐਥਲੈਟਸ ਐਥਲੀਟਸ ਵਿੱਚ ਕਿਸ ਨੂੰ ਮਿਲਿਆ ਸੀ ਐਥਲੈਟਿਕਸ ਦੇ ਵਿੱਚ ਤਾਂ ਐਥਲੈਟਿਕਸ ਦੇ ਵਿੱਚ ਮਿਲਿਆ ਸੀ ਗੁਰਵਚਨ ਸਿੰਘ ਰੰਧਾਵਾ ਨੂੰ ਗੁਰਵਚਨ ਸਿੰਘ ਰੰਧਾਵਾ ਨੂੰ ਮਿਲਿਆ ਸੀ ਇਹ ਤੇ ਇਸ ਤੋਂ ਇਲਾਵਾ ਜਿਵੇਂ ਮੱਕਾ ਮੱਕਾ ਤੁਹਾਨੂੰ ਦੱਸੇ ਰਿਹਾ ਤਾਂ ਸੀ ਕਿ ਮਲਾਨਾ ਅਬੁਲ ਕਲਾਮ ਆਜ਼ਾਦ ਠੀਕ ਹੈ ਐਵੇਂ ਐਸ ਏ ਆਈ ਐਸ ਏ ਆਈ ਇਹ ਨਾਂ ਕਿਹਦੇ ਵਿੱਚ ਬਦਲ ਗਿਆ ਤਾਂ ਇਹ ਸਪੋਰਟਸ ਇੰਡੀਆ ਦੇ ਵਿੱਚ ਚੇਂਜ ਹੋ ਗਿਆ ਸਪੋਰਟਸ ਇੰਡੀਆ ਸਪੋਰਟਸ ਇੰਡੀਆ ਦੇ ਵਿੱਚ ਇਹ ਬਦਲ ਦਿੱਤਾ ਗਿਆ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਸਪੋਰਟਸ ਇੰਡੀਆ ਇਹਦਾ ਪਹਿਲਾ ਨਾਂ ਸੀ ਸਪੋਰਟਸ ਅਥਾਰਟੀ ਤੇ ਕਿਸ ਸਾਲ ਦੇ ਵਿੱਚ ਔਥੋਰਟੀ ਸ਼ਬਦ ਨੂੰ ਸਪੋਰਟਸ ਔਥੋਰਟੀ ਆਫ ਇੰਡੀਆ ਵਿੱਚੋਂ ਹਟਾਇਆ ਗਿਆ ਤਾਂ 19 2018 ਦੇ ਵਿੱਚ 2018 ਦੇ ਵਿੱਚ ਅਗਲੇ ਆਪਣੇ ਜਿਹੜੇ ਕਿ ਬਾਕੀ ਇਹਨਾਂ ਦੇ ਵਿੱਚ ਕਲੀਅਰ ਹੋ ਜਾਣਗੇ ਜਿਵੇਂ ਸਹੀ ਗਲਤ ਅੱਜ ਕੱਲ੍ਹ ਹਰ ਇੱਕ ਅੰਤਰਰਾਸ਼ਟਰੀ ਖੇਡ ਟੀਮ ਦੇ ਨਾਲ ਫਿਜੀਓ ਥੈਰੇਪਿਸਟ ਨਿਯੁਕਤ ਕੀਤੇ ਜਾਂਦੇ ਤਾਂ ਠੀਕ ਹੈ ਇਹ ਡਾਕਟਰੀ ਆਫ ਫਲਸਫੀ ਪੀ ਐਚ ਡੀ ਸਿਰ ਇੱਕ ਸਿੱਖਿਆ ਵਿਸ਼ੇ ਦੀ ਉੱਚ ਡਿਗਰੀ ਹੈ ਬਿਲਕੁਲ ਠੀਕ ਦੇਸ਼ ਦਾ ਸਰਵਉੱਚ ਅਵਾਰਡ ਕਿਹੜਾ ਰਜੀਵ ਗਾਂਧੀ ਖੇਡ ਰਤਨ ਅਵਾਰਡ ਤਾਂ ਬਿਲਕੁਲ ਠੀਕ ਹੈ ਫਸਟ ਕਿਹੜਾ ਰਜੀਵ ਗਾਂਧੀ ਖੇਡ ਰਤਨ ਅਵਾਰਡ ਹੈ ਤੇ ਸੈਕਿੰਡ ਨੰਬਰ ਵਾਲਾ ਕਿਹੜਾ ਹੈ ਸੈਕਿੰਡ ਨੰਬਰ ਵਾਲਾ ਹੈਗਾ ਅਰਜੁਨ ਅਵਾਰਡ ਅਰਜੁਨ ਅਵਾਰਡ 1961 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਅਰਜੁਨ ਅਵਾਰਡ ਜਿਦੇ ਵਿੱਚ 5 ਲੱਖ ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਂਦੀ ਹੈ ਅਰਜੁਨ ਦੇ ਕਾਂਸੀ ਦੀ ਮੂਰਤੀ ਇੱਕ ਸ਼ਾਲ ਤੇ ਇੱਕ ਬਲੇਜ਼ਰ ਤੇ ਇੱਕ ਟਾਈ ਦਿੱਤੀ ਜਾਂਦੀ ਹੈ ਬਾਕੀ ਮੈਂ ਇਹ ਕੋਰਸ ਆ ਜਿਹੜੇ ਕਿਸੇ ਕਿਸੇ ਖੇ ਦੇ ਕਿਹੜੇ ਕਿਹੜੇ ਕੋਰਸ ਨੇ ਇਹਨਾਂ ਦੇ ਐਵੇਂ ਜਿਹੜੇ ਕਿ ਅਲੱਗ ਤੋਂ ਚਾਰਟ ਦੇ ਵਿੱਚ ਪੇਸ਼ ਕੀਤਾ ਤਾਂ ਕਿ ਤੁਹਾਨੂੰ ਸਾਰੇ ਕੁਐਸਚਨਸ ਇਹਦੇ ਵਿੱਚੋਂ ਕਲੀਅਰ ਹੋ ਸਕਣ ਜਿਵੇਂ ਡੀਪੀਐਡ ਡੀਪੀਐਡ 2 ਸਾਲ 2 ਸਾਲਾਂ ਲਈ ਕੀਤੀ ਜਾਂਦੀ ਹੈ ਇਹਦੇ ਲਈ ਯੋਗਤਾ ਕੀ ਹੋਣੀ ਚਾਹੀਦੀ ਹੈ ਕਿ ਬੱਚੇ ਕੋਲ ਪਲੱਸ 2 ਪਾਸ ਹੋਣੀ ਚਾਹੀਦੀ ਆ ਤਾਂ ਫਿਰ ਇਹਦੇ ਨਾਲ ਆਪਾਂ ਬਣ ਕੀ ਸਕਦੇ ਆ ਪੀਟੀਆਈ ਪੀਟੀਆਈ ਮਿਡਲ ਸਕੂਲ ਦੇ ਵਿੱਚ ਜਿਵੇਂ ਕੁਐਸਚਨ ਪੁੱਛਿਆ ਜਾ ਸਕਦਾ ਕਿ ਪੀਟੀਆਈ ਮਿਡਲ ਸਕੂਲ ਦੇ ਵਿੱਚ ਲੱਗਣ ਲਈ ਕੀ ਕੀਤਾ ਹੋਣਾ ਚਾਹੀਦਾ ਸ੍ਰੀਖ ਸਿੱਖਿਆ ਰਹਿੰਦੇ ਆਪਕ ਨੂੰ ਤਾਂ ਡੀਪੀਐਡ ਡੀਪੀਐਡ ਕੀਤੀ ਵੀ ਹੋਣੀ ਚਾਹੀਦੀ ਆ ਠੀਕ ਹੈ ਇਹ ਕਿੰਨੇ ਸਾਲ ਦਾ ਕੋਰਸ ਆ 2 ਸਾਲ ਦਾ ਤੇ ਜੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਲੱਗਣਾ ਹੋਵੇ ਤਾਂ 4 ਸਾਲਾਂ ਦਾ ਕੋਰਸ ਆ ਪਲੱਸ 2 ਤੋਂ ਬਾਅਦ ਉਹ ਬੀਪੀਐਡ ਬੀਪੀਐਡ ਇੰਟੀਗ੍ਰੇਟਿਡ ਦੇਖੋ ਇੱਥੇ ਵੀ ਮੈਂ ਮੈਂਸ਼ਨ ਕੀਤਾ ਕਿ ਡੀਪੀਐਡ ਇੰਟੀਗ੍ਰੇਟਿਡ ਉਹ ਕਿੰਨੇ ਸਾਲਾਂ ਦਾ 2 ਸਾਲਾਂ ਦਾ ਕੀ ਤੋਂ ਬਾਅਦ ਹੁੰਦਾ ਪਲੱਸ 2 ਤੋਂ ਬਾਅਦ ਹੁੰਦਾ ਜੇ ਬੀਪੀਐਡ ਡਿਪਲੋਮਾ ਕਰਨਾ ਹੋਵੇ ਬੀਪੀਐਡ ਡਿਪਲੋਮਾ ਬੀਪੀਐਡ ਡਿਪਲੋਮਾ ਇਥੇ ਇੰਟੀਗ੍ਰੇਟਿਡ ਕੋਰਸ ਆ ਇੰਟੀਗ੍ਰੇਟਿਡ 4 ਸਾਲਾਂ ਦਾ ਜਿਹੜਾ ਇਕੱਲਾ ਡਿਪਲੋਮਾ ਹੋ 2 ਸਾਲਾਂ ਦਾ ਇਹ ਕਿਸ ਤੋਂ ਬਾਅਦ ਆ ਬੀਏ ਤੋਂ ਬਾਅਦ ਬੀਏ ਜਾਂ ਬੀਏ ਦੇ ਬਰਾਬਰ ਦੀ ਕੋਈ ਵੀ ਜਿਹੜੀ ਡਿਗਰੀ ਆ ਉਸ ਤੋਂ ਬਾਅਦ ਜੇ ਅਗਰ ਤੁਸੀਂ ਬੀਪੀਐਡ ਕਰਨਾ ਚਾਹੁੰਦੇ ਹੋ ਤਾਂ ਫਿਰ 2 ਸਾਲ ਦਾ ਸਮਾਂ ਇਹਦੇ ਨਾਲ ਲੱਗ ਕਿੱਥੇ ਸਕਦੇ ਆ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਡੀਪੀਆਈ ਅੱਗੇ ਹੈ ਐਮਪੀਐਡ ਐਮਪੀਐਡ ਕਿਸ ਤੋਂ ਬਾਅਦ ਹੁੰਦੀ ਆ ਅਗਰ ਬੱਚੇ ਨੇ ਬੀਪੀਐਡ ਕੀਤੀ ਹੋਵੇ ਇੰਟੀਗ੍ਰੇਟਿਡ ਜਾਂ B.P.Ed ਡਿਪਲੋਮਾ ਕੀਤਾ ਹੋਵੇ ਉਸ ਤੋਂ ਬਾਅਦ 2 ਸਾਲਾਂ ਦੇ ਲਈ 2 ਸਾਲਾਂ ਦੇ ਲਈ M.P.Ed ਕੀਤੀ ਜਾਂਦੀ ਹੈ ਇਹਦੇ ਨਾਲ ਕਿੱਥੇ ਲੱਗਿਆ ਜਾ ਸਕਦਾ ਲੈਕਚਰਰ ਸੀਨੀਅਰ ਸਕੈਂਡਰੀ ਸਕੂਲ ਤੇ ਕਾਲਜ ਦੇ ਵਿੱਚ ਮੀਨਸ +1 +2 ਦੇ ਵਿੱਚ ਅੱਗੇ ਹੈ M.Phil M.Phil ਕਰਕੇ 1 ਸਾਲ ਦਾ ਇਹ ਕੋਰਸ ਹੈ M.Phil M.Phil ਇੱਕ ਸਾਲ ਦਾ ਤੇ ਇਹ ਕਿਸ ਤੋਂ ਬਾਅਦ ਹੋਊਗੀ M.P.Ed ਤੋਂ M.P.Ed ਤੋਂ ਬਾਅਦ M.Phil ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਇੱਕ ਸਾਲ ਦੇ ਲਈ ਤਾਂ ਲੈਕਚਰਰ ਕਿੱਥੇ ਲੱਗਿਆ ਜਾ ਸਕਦਾ ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਅੱਗੇ ਹੈ ਪੀ ਐਚ ਡੀ ਪੀ ਐਚ ਡੀ ਤਾਂ ਇਹ ਪੀ ਐਚ ਡੀ ਜਿਹੜੇ ਕਿ ਕਿਤੋਂ ਬਾਅਦ ਕੀਤੀ ਜਾਊਗੀ ਇਹ ਇਹਦੇ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ ਪੀ ਐਚ ਡੀ ਲਈ ਕੀ ਯੋਗਤਾ ਹੋਊਗੀ ਐਮ ਪੀ ਐਡ ਐਮ ਪੀ ਐਡ 3 ਸਾਲਾਂ ਦੀ ਅਗਰ ਬੱਚੇ ਨੇ ਐਮ ਪੀ ਐਡ ਨਹੀਂ ਹੈਗੀ ਐਮ ਫਿਲ ਕੀਤੀ ਹੋਈ ਹੈ ਤਾਂ 5 ਸਾਲ 5 ਸਾਲ ਦੇ ਲਈ ਅੱਗੇ ਜਿਹੜਾ ਕਿ ਇਹ ਪੀ ਐਚ ਡੀ ਹੋਊਗੀ ਪੀ ਐਚ ਡੀ 5 ਸਾਲਾਂ ਲਈ ਉਹਨਾਂ ਲਈ ਹੈ ਜਿਨ੍ਹਾਂ ਨੇ ਐਮਫਿਲ ਕੀਤੀ ਵੀ ਹੁੰਦੀ ਆ ਤੇ 3 ਸਾਲਾਂ ਲਈ ਉਹਨਾਂ ਲਈ ਹੁੰਦੀ ਹੈ ਪੀ ਐਚ ਡੀ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਜਿਨ੍ਹਾਂ ਨੇ ਐਮ ਪੀ ਐਡ ਕੀਤੀ ਵੀ ਹੁੰਦੀ ਆ ਆਲਰੇਡੀ ਜਿਨ੍ਹਾਂ ਦੀ ਐਮ ਪੀ ਐਡ ਕੀਤੀ ਹੋਈ ਉਹ ਪੀ ਐਚ ਡੀ 3 ਸਾਲਾਂ ਲਈ ਹੋਊਗੀ ਤੇ ਲੈਕਚਰਰ ਕਿੱਥੇ ਲੱਗਿਆ ਜਾ ਸਕਦਾ ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੂੰ ਧਿਆਨ ਦੇ ਨਾਲ ਕੁਐਸਚਨਸ ਕਰ ਲੈਣੇ ਨੇ ਐਂਡ ਦਿਮਾਗ ਤੇ ਵਿੱਚ ਬਿਠਾਣੇ ਨੇ ਤੇ ਡੀ ਲਿਟ ਡੀ ਲਿਟ ਆ ਜਿਹੜੇ ਕਿ ਇਹ ਪੀ ਐਚ ਡੀ ਤੋਂ ਬਾਅਦ ਕੀਤੀ ਜਾਊਗੀ ਕਿੰਨੇ ਸਾਲਾਂ ਲਈ 2 ਸਾਲਾਂ ਦੇ ਲਈ ਤੇ ਇਹਦੇ ਨਾਲ ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਜਿਹੜਾ ਕਿ ਲੈਕਚਰਰ ਪ੍ਰੋਫੈਸਰ ਲੱਗਿਆ ਜਾ ਸਕਦਾ ਉਸ ਤੋਂ ਬਾਅਦ ਜੋਗ ਦੇ ਖੇਤਰ ਵਿੱਚ ਕੋਰਸ ਕਿਹੜੇ-ਕਿਹੜੇ ਨੇ ਜਿਵੇਂ ਇਹ ਕੁਐਸਚਨਸ ਵੈਸੇ ਵੀ ਪੁੱਛੇ ਜਾ ਸਕਦੇ ਨੇ ਐਮਸੀਕਿਊਜ਼ ਦੇ ਵਿੱਚ ਸਰਟੀਫਿਕੇਟ ਕੋਰਸ ਇਨ ਜੋਗ ਤਾਂ ਇਹ ਪਲੱਸ 2 ਤੋਂ ਬਾਅਦ ਹੋਊਗਾ ਇਹਦੇ ਲਈ ਸਮਾਂ ਕਿੰਨਾ ਹੁੰਦਾ 40 ਦਿਨ 40 ਦਿਨ ਦਾ ਇਹ ਬੇਸਿਕ ਕੋਰਸ ਹੁੰਦਾ ਇਹ 40 ਦਿਨਾਂ ਦੇ ਵਿੱਚ ਬੇਸਿਕ ਕੋਰਸ ਕਰਕੇ ਬੱਚਾ ਪਲੱਸ 2 ਤੋਂ ਬਾਅਦ ਆ ਜਿਹੜੇ ਕਿ ਜੋਗਾ ਇਨਸਪੈਕਟਰ ਆ ਜਿਹੜੇ ਕਿ ਲੱਗ ਸਕਦਾ ਸਰਟੀਫਿਕੇਟ ਕੋਰਸ ਇਨ ਜੋਗ ਦੇ ਵਿੱਚ ਤੇ ਬੈਚਲਰ ਆਫ ਜੋਗ ਬੈਚਲਰ ਆਫ ਜੋਗ ਇਹ ਵੀ ਪਲੱਸ 2 ਤੋਂ ਬਾਅਦ ਹੋਊਗਾ 3 ਸਾਲ ਦੇ ਲਈ 3 ਸਾਲ ਦਾ ਕੋਰਸ ਕਰਕੇ ਬੱਚਾ ਸਕੂਲ ਦੇ ਵਿੱਚ ਅਧਿਆਪਕ ਲੱਗ ਸਕਦਾ ਅ ਜੋਗ ਦੇ ਵਿੱਚ ਤੇ ਡਿਪਲੋਮਾ ਇਨ ਜੋਗ ਡਿਪਲੋਮਾ ਇਨ ਜੋਗ ਬੀਏ ਜਾਇਦਾ ਬਰਾਬਰ ਦਾ ਹੁੰਦਾ ਠੀਕ ਹੈ ਇਸ ਤੋਂ ਬਾਅਦ ਕੀਤਾ ਜਾਊਗਾ ਮੀਨਸ ਇਸ ਤੋਂ ਬਾਅਦ ਕੋਰਸ ਲਈ ਯੋਗਤਾ ਮੀਨਸ ਇਹਨਾਂ ਤੋਂ ਬਾਅਦ ਇਹ ਕੀਤਾ ਜਾਊਗਾ ਤਾਂ ਹੀ ਇਹਦੇ ਲਈ ਸਮਾਂ ਕਿੰਨਾ ਹੁੰਦਾ 2 ਸਾਲ ਦੇ ਵਿੱਚ ਪੂਰਾ ਹੋ ਜਾਣਾ ਜਿਵੇਂ ਸਪੋਜ਼ ਹੂੰ ਤੁਸੀਂ ਪਲੱਸ 2 ਕਰ ਰਹੇ ਹੋ ਪਲੱਸ 2 ਦੀ ਕੀ ਯੋਗਤਾ ਸੀ ਕਿ ਤੁਹਾਡੇ ਕੋਲ ਪਲੱਸ 1 ਪਾਸ ਹੋਣੀ ਚਾਹੀਦੀ ਹੈ ਲਾਈਕ ਠੀਕ ਐ ਐਵੇਂ ਤੇ ਡਿਪਲੋਮਾ ਇਨ ਯੋਗ ਦੇ ਲਈ ਕੀ ਯੋਗਤਾ ਹੋਣੀ ਚਾਹੀਦੀ ਕਿ ਬੱਚੇ ਕੋਲ ਬੀਏ ਜਾਂਦਾ ਬਰਾਬਰ ਦਾ ਕੁਝ ਕੋਰਸ ਪਾਸ ਕੀਤਾ ਹੋਵੇ ਤਾਂ ਉਹਨੂੰ ਡਿਪਲੋਮਾ ਇਨ ਜੋ 2 ਸਾਲ ਦੇ ਵਿੱਚ ਉਹਦੀ ਹੋ ਜਾਣੀ ਹੈ ਤੇ ਕਿੱਥੇ ਲੱਗ ਜੂਗਾ ਸਕੂਲ ਅਧਿਆਪਕ ਲੱਗ ਜੂਗਾ ਤੇ ਐਮ ਐਸ ਸੀ ਐਮ ਐਸ ਸੀ ਇਨ ਯੋਗ ਸਾਇੰਸ ਇਸ ਲਈ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਇਨ ਜੋਗ ਦੇ ਵਿੱਚ ਤਾਂ 2 ਸਾਲ ਦਾ ਇਹ ਕੋਰਸ ਕਰਕੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਲੈਕਚਰਰ ਲੱਗਾ ਜਾ ਸਕਦਾ ਅੱਗੇ ਹੈ ਖੇਡ ਸਿਖਲਾਈ ਦੇ ਖੇਤਰ ਦੇ ਵਿੱਚ ਕਿਹੜੇ-ਕਿਹੜੇ ਕੋਰਸ ਨੇ ਸਰਟੀਫਿਕੇਟ ਕੋਰਸ ਇਨ ਸਪੋਰਟਸ 2 ਸਾਲ ਇਹ ਪਲੱਸ 2 ਤੋਂ ਬਾਅਦ ਹੋਊਗਾ 6 ਹਫ਼ਤਿਆਂ ਲਈ ਪਲੱਸ 2 ਤੋਂ ਬਾਅਦ 6 ਹਫ਼ਤੇ ਲਈ ਪਾਰਟ ਟਾਈਮ ਕੋਚਿੰਗ ਇਨ ਇਨਸਟ੍ਰਕਟਰ ਜਿਹੜੇ ਕਿ ਲੱਗਾ ਜਾ ਸਕਦਾ ਹੈ ਇਹਦੇ ਨਾਲ ਸਰਟੀਫਿਕੇਟ ਕੋਰਸ ਇਨ ਸਪੋਰਟਸ ਪਲੱਸ 2 ਤੋਂ ਬਾਅਦ 6 ਹਫ਼ਤੇ ਲਈ ਤੇ 6 ਮਹੀਨੇ ਲਈ ਕਿਹੜਾ ਕੋਰਸ ਹੋਊਗਾ ਐਡਵਾਂਸ ਸਰਟੀਫਿਕੇਟ ਕੋਰਸ ਐਡਵਾਂਸ ਸਰਟੀਫਿਕੇਟ ਕੋਰਸ 6 ਮਹੀਨਿਆਂ ਦਾ ਹੋਊਗਾ ਇਹ ਇਹ ਵੀ ਪਲੱਸ 2 ਤੋਂ ਬਾਅਦ ਪਾਰਟ ਟਾਈਮ ਕੋਚਿੰਗ ਇਨਸਟ੍ਰਕਟਰ ਉਸ ਤੋਂ ਬਾਅਦ ਡਿਪਲੋਮਾ ਇਨ ਸਪੋਰਟਸ ਕੋਚਿੰਗ ਦੇ ਵਿੱਚ ਠੀਕ ਹੈ ਇਹ ਦੇ ਲਈ ਯੋਗਤਾ ਕੀ ਹੋਣੀ ਜਿਹੜੇ ਕਿ ਬੱਚੇ ਕੋਲ ਬੀਪੀਐਡ ਜਾਂ ਬੀਏ ਹੋਵੇ ਤਾਂ ਇੱਕ ਸਾਲ ਦਾ ਇਹ ਕੋਰਸ ਕਰਕੇ ਬਲਾਕ ਪੱਧਰ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ਕੋਚਿੰਗ ਦੇ ਵਿੱਚ ਜਾ ਸਕਦਾ ਅੱਗੇ ਮਾਸਟਰ ਇਨ ਮਾਸਟਰ ਡਿਗਰੀ ਇਨ ਸਪੋਰਟਸ ਕੋਚਿੰਗ ਦੇ ਵਿੱਚ ਇਦੇ ਲਈ ਬੱਚੇ ਕੋਲ ਪਾਸ ਹੋਣਾ ਚਾਹੀਦਾ ਗ੍ਰੈਜੂਏਸ਼ਨ ਸਮੇਤ ਡਿਪਲੋਮਾ ਇਨ ਸਪੋਰਟਸ ਕੋਚਿੰਗ ਇਹਦੇ ਵਿੱਚ ਪਹਿਲਾਂ ਪਾਸ ਹੋਣਾ ਚਾਹੀਦਾ ਫਿਰ ਉਹ ਮਾਸਟਰ ਡਿਗਰੀ ਇਨ ਸਪੋਰਟਸ ਕੋਚਿੰਗ ਕਰੂਗਾ 2 ਸਾਲਾਂ ਦੀ ਜਿਹਦੇ ਨਾਲ ਉਹ ਸੰਬੰਧਿਤ ਖੇਡ ਦੇ ਵਿੱਚ ਕੋਚਿੰਗ ਜਾਂ ਖੇਡ ਮਹਾਰਾ ਜਿਹੜੇ ਕਿ ਲੱਗ ਸਕਦਾ ਹਾਂਜੀ ਹੁਣ ਆਪਣੇ ਦੋ ਦੋ ਅੰਕਾਂ ਵਾਲੇ ਕੁਐਸਚਨਸ ਆ ਗਏ ਕਿ ਅਰਜੁਨ ਅਵਾਰਡ ਪ੍ਰਾਪਤ ਕਰਨ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ ਕਿ ਕਿਹਨਾਂ ਨੂੰ ਅਰਜੁਨ ਅਵਾਰਡ ਆ ਜਿਹੜੇ ਕਿ ਮਿਲਦਾ ਜਿਹਦੇ ਵਿੱਚ 5 ਲੱਖ ਰੁਪਏ ਰਕਮ ਹੁੰਦੀ ਹੈ ਕਿ ਇਹਨਾਂ ਨੂੰ ਮਿਲਦਾ ਹੈ ਦੂਜਾ ਖੇਡ ਅਵਾਰਡ ਤਾਂ ਇਹ 올림픽 ਖੇਡਾਂ ਨੂੰ ਏਸ਼ੀਆਈ ਖੇਡਾਂ ਕ੍ਰਿਕਟ ਵਰਲਡ ਕੱਪ ਕਾਮਨਵੈਲਥ ਖੇਡਾਂ ਵਿਸ਼ਵ ਕੱਪ ਦੇ ਵਿੱਚ ਜਿਹੜਾ ਨੇ ਹਿੱਸਾ ਲਿਆ ਹੋਵੇ ਉਹਨਾਂ ਨੂੰ ਤੇ ਸਰੀਰਕ ਤੌਰ ਤੇ ਜਿਹੜੇ ਅਸਮਰੱਥ ਹੁੰਦੇ ਨੇ ਜਿਹੜੇ ਡਿਸੇਬਲ ਸਟੂਡੈਂਟਸ ਹੁੰਦੇ ਨੇ ਫਿਜ਼ੀਕਲੀ ਤੌਰ ਤੇ ਅੰਗਹੀਨ ਹੁੰਦੇ ਹੈਂਡੀਕੈਪਡ ਹੁੰਦੇ ਨੇ ਬਟ ਉਹਨਾਂ ਨੇ ਅੰਤਰਰਾਸ਼ਟਰੀ ਇੰਟਰਨੈਸ਼ਨਲ ਖੇਡਾਂ ਦੇ ਵਿੱਚ ਵੀ ਚੰਗੀ ਪਰਫਾਰਮੈਂਸ ਕੀਤੀ ਜਾਵੇ ਉਹਨਾਂ ਵੱਲੋਂ ਤਾਂ ਉਹਨਾਂ ਨੂੰ ਅਰਜੁਨ ਅਵਾਰਡ ਮਿਲਦਾ ਅਗਲਾ ਹੈ ਸਰਟੀਫਿਕੇਟ ਕੋਰਸ ਇਨ ਯੋਗ ਇਹ ਆਪਾਂ ਹੁਣੇ ਸਾਰੇ ਕੋਰਸਸ ਮੈਂ ਤੁਹਾਨੂੰ ਸ਼ੋਅ ਇਹ ਕਰਦੇ ਹਾਂ ਨਾ ਚਾਰਟ ਦੇ ਰਹੀ ਹਾਂ ਉੱਥੋਂ ਐਨ ਜਾਰ ਕਰ ਲੈਣੇ ਨੇ ਤੁਸੀਂ ਤਾਂ ਇਹ ਕੋਰਸ ਆ ਭਾਰਤ ਦੀਆਂ ਕਈ ਜਿਹੜੀਆਂ ਕਿ ਯੂਨੀਵਰਸਿਟੀਆਂ ਦੇ ਕਾਲਜ ਦੇ ਵਿੱਚ 6 ਹਫ਼ਤਿਆਂ ਦਾ ਇਹ ਕੋਰਸ ਆ ਜਿਹੜੇ ਕਿ ਕਰਵਾਇਆ ਜਾਂਦਾ სპੋਰਟਸ ਸਰਟੀਫਿਕੇਟ ਕੋਰਸ ਇਨ ਯੋਗ ਦੇ ਵਿੱਚ ਇਹਦੇ ਵਿੱਚ ਦਾਖਲਾ ਲੈਣ ਲਈ ਬੱਚੇ ਨੇ ਘੱਟੋ-ਘੱਟ ਕੀ ਪਾਸ ਕੀਤੇ ਹੋਵੇ ਪਲੱਸ 2 ਪਾਸ ਹੋਣੀ ਚਾਹੀਦਾ ਅੱਗੇ ਹੈ ਡਿਪਲੋਮਾ ਇਨ ਯੋਗ ਉਹਨਾਂ ਚਾਰਟਾਂ ਦੇ ਵਿੱਚ ਤੁਹਾਡੇ ਸਾਰੇ ਕੁਐਸਚਨਸ ਕਵਰ ਹੋ ਜਾਣਗੇ ਇਸ ਕੋਰਸ ਦੇ ਵਿੱਚ ਦਾਖਲਾ ਲੈਣ ਲਈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੱਚੇ ਨੇ ਬੀਏ ਜਾਂ ਇਹਦੇ ਬਰਾਬਰ ਕੋਈ ਵੀ ਡਿਗਰੀ ਹਾਸਲ ਕੀਤੀ ਹੋਵੇ ਤਾਂ ਫਿਰ ਉਹ ਡਿਪਲੋਮਾ ਇਨ ਯੋਗ ਆ ਜਿਹੜੇ ਕਿ ਕੋਰਸ ਕਰ ਸਕਦਾ ਤੇ ਇਹ ਡਿਪਲੋਮਾ ਇਨ ਜੋਗ ਕਿੰਨੇ ਸਾਲਾਂ ਦੇ ਲ ਕਰੂਗਾ ਉਹ 2 ਸਾਲਾਂ ਦੇ 2 ਸਾਲਾਂ ਦੇ ਵਿੱਚ ਉਹਦੀ ਇਹ ਡਿਗਰੀ ਕੰਪਲੀਟ ਹੋ ਜਾਣੀ ਆ ਤਾਂ ਫਿਰ ਸਕੂਲ ਤੇ ਆਪਕ ਲੱਗ ਸਕਦਾ ਅੱਗੇ ਹੈ ਦਰੋਣਾਚਾਰੀਆ ਅਵਾਰਡ ਕਿਹਨਾਂ ਨੂੰ ਦਿੱਤਾ ਜਾਂਦਾ ਤਾਂ ਇਹ ਦਰੋਣਾਚਾਰੀਆ ਅਵਾਰਡ ਆ ਜਿਹੜੇ ਕਿ ਭਾਰਤ ਸਰਕਾਰ ਵੱਲੋਂ ਕੋਚਾਂ ਨੂੰ ਦਿੱਤਾ ਜਾਂਦਾ ਠੀਕਾ ਕੋਚਾਂ ਨੂੰ ਸਨਮਾਨ ਦੇਣ ਦੇ ਲਈ ਇਹ ਦਿੱਤਾ ਜਾਂਦਾ ਸਰਬੋਤਮ ਰਾਸ਼ਟਰੀ ਇਨਾਮ ਦਰੋਣਾਚਾਰੀਆ ਅਵਾਰਡ ਜਿਹੜਾ ਕਿ 1985 ਈਸਵੀ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਤੇ ਇਹ ਇਨਾਮ ਆ ਜਿਹੜੇ ਕਿ ਉਹਨਾਂ ਕੋਚਾਂ ਨੂੰ ਦਿੱਤਾ ਜਾਂਦਾ ਜਿਨ੍ਹਾਂਾਂ ਕੋਚਾਂ ਦੀਆਂ ਟੀਮਾਂ ਜਾਂ ਜਿਨ੍ਹਾਂ ਦੇ ਖਿਡਿਆਰੀ ਵਿਅਕਤੀਗਤ ਮੁਕਾਬਲੇ ਆ ਠੀਕ ਹੈ ਜਾਂ ਤਾਂ ਮਤਲਬ ਕਿ ਕਲਾ ਕਲਾ ਪਲੇਅਰ ਜਾਂ ਟੀਮ ਦੇ ਤੌਰ ਤੇ ਅੰਤਰਰਾਸ਼ਟਰੀ ਪੱਧਰ ਤੇ ਉਹਨੂੰ ਉੱਚ ਕੋਟੀ ਦਾ ਪ੍ਰਦਰਸ਼ਨ ਕੀਤਾ ਹੋਵੇ ਠੀਕ ਹੈ ਅ వ్యక్తిగਤ ਤੌਰ ਤੇ ਈਆ ਠੀਕ ਹੈ ਟੀਮ ਦੇ ਤੌਰ ਤੇ ਨਹੀਂ ਵਿਅਕਤੀਗਤ ਤੌਰ ਤੇ ਮੁਕਾਬਲੇ ਦੇ ਅੰਤਰਰਾਸ਼ਟਰੀ ਪੱਧਰ ਤੇ ਉਹਨੇ ਬੈਸਟ ਪਰਫਾਰਮੈਂਸ ਕੀਤੀ ਹੋਵੇ ਦੇਸ਼ ਦਾ ਮਾਣ ਜਿਹੜੇ ਕਿ ਉਹਨੇ ਵਧਾਇਆ ਹੋਵੇ ਠੀਕ ਹੈ ਤਾਂ ਇਹਦੇ ਵਿੱਚ ਇਸ ਇਨਾਮ ਦੇ ਵਿੱਚ ਗੁਰੂ ਦਰੋਣਾਚਾਰੀਆ ਦੀ ਕਾਂਸੀ ਦੀ ਮੂਰਤੀ ਦਿੱਤੀ ਜਾਂਦੀ ਹੈ ਇੱਕ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਤੇ 5 ਲੱਖ ਰੁਪਏ ਦੀ ਨਕਦ ਰਕਮ ਦਿੱਤੀ ਜਾਂਦੀ ਹੈ ਤੇ ਚੁਣੇ ਗਏ ਕੋਚਾਂ ਨੂੰ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਖੇਡ ਦਿਵਸ ਦੇ ਮੌਕੇ ਤੇ ਤੇ ਖੇਡ ਦਿਵਸ ਕਦੋਂ ਆਉਣੀ ਆਪਾਂ ਨੇ ਤੁਹਾਨੂੰ ਦੱਸਿਆ ਸੀ 29 ਅਗਸਤ ਨੂੰ 29 ਅਗਸਤ ਨੂੰ ਹੁੰਦਾ ਠੀਕ ਹੈ ਉੱਥੇ ਇਹ ਦਿੱਤਾ ਜਾਂਦਾ ਤੈਨੂੰ ਮੈਂ ਦੁਬਾਰਾ ਕਲੀਅਰ ਕਰਦੀ ਆ ਕਿ ਦਰੋਣਾਚਰੀ ਅਵਾਰਡ ਆ ਜਿਹੜੇ ਕਿ ਇਹ ਕੋਚਾਂ ਨੂੰ ਦਿੱਤਾ ਜਾਂਦਾ ਕਿਹੜੇ ਕੋਚਾਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਦੀਆਂ ਟੀਮਾਂ ਜਾਂ ਖਿਡਿਆਰੀ ਠੀਕ ਹੈ ਵਿਅਕਤੀਗਤ ਮੁਕਾਬਲੇਆਂ ਜਾਂ ਅੰਤਰਰਾਸ਼ਟਰੀ ਪੱਧਰ ਤੇ ਜਿਹੜੇ ਮੁਕਾਬਲੇ ਹੁੰਦੇ ਨੇ ਉਹਨਾਂ ਦੇ ਵਿੱਚ ਬੈਸਟ ਪਰਫਾਰਮ ਕਰਦੇ ਨੇ ਤੇ ਦੇਸ਼ ਦਾ ਮਾਣ ਸਤਿਕਾਰ ਵਧਾਉਂਦੇ ਨੇ ਠੀਕ ਹੈ ਤਾਂ ਉਹਨਾਂ ਦੇ ਨਾਤੇ ਜਿਹੜੇ ਕਿ ਦਿੱਤਾ ਜਾਂਦਾ ਤੇ ਇਹ ਇਹਦਾ ਨਾਮ ਜਿਹੜੇ ਕਿ ਗੁਰੂ ਦਰੋਣਾਚਾਰੀਆ ਦੇ ਨਾਂ ਤੇ ਜਿਹੜੇ ਕਿ ਇਹ ਪਿਆ ਹੋਇਆ ਠੀਕ ਹੈ ਜਿਵੇਂ ਆਪਾਂ ਨੇ ਪਹਿਲਾਂ ਵੀ ਦੱਸਿਆ ਸੀ ਕਿ ਇਹਦਾ ਨਾਮ ਇਹ ਕਿਵੇਂ ਪਿਆ ਵੀ ਮਹਾਭਾਰਤ ਕਾਲ ਦੇ ਵਿੱਚ ਜਿਹੜੇ ਮਹਾਭਾਰਤ ਸੀ ਉਹਦੇ ਵਿੱਚ ਅਰਜੁਨ ਦਾ ਅਰਜੁਨ ਦਾ ਗੁਰੂ ਕੌਣ ਸੀ ਦਰੋਣਾਚਾਰੀਆ ਉਹਦੇ ਨਾਂ ਤੇ ਹੀ ਇਸ ਖੇਡ ਦਾ ਜਿਹੜੇ ਕਿ ਪੁਰਸਕਾਰ ਦਾ ਨਾਮ ਦਰੋਣਾਚਾਰੀਆ ਵਾਰਡ ਰੱਖਿਆ ਗਿਆ ਤਾਂ ਦੋ-ਦੋ ਅੰਕਾਂ ਤੋਂ ਬਾਅਦ ਤਿੰਨ ਅੰਕਾਂ ਵਾਲੇ ਖੜੇ ਆਰਿਆਂ ਲਈ ਫਿਜ਼ੀਓਥੈਰੇਪਿਸਟ ਦਾ ਕੀ ਰੋਲ ਹੁੰਦਾ ਹੈ ਫਿਜ਼ੀਓਥੈਰਾਪਿਸਟ ਦਾ ਕੀ ਰੋਲ ਹੁੰਦਾ ਤਾਂ ਜੇ ਕਿਸੇ ਵਿਅਕਤੀ ਨੂੰ ਖੇਡਾਂ ਦੇ ਵਿੱਚ ਜਿਹੜੇ ਕਿ ਸੱਟਾਂ ਜਾਂ ਇਹਨਾਂ ਦੀ ਪ੍ਰਬੰਧਨ ਦੀ ਜਾਣਕਾਰੀ ਹੋਵੇ ਤਾਂ ਉਸ ਉਹਨੂੰ ਜਿਹੜੇ ਕਿ ਇਸ ਕਿੱਤੇ ਦੇ ਵਿੱਚ ਖੇਡ ਫਿਜ਼ੀਓਥੈਰਾਪਿਸਟ ਦੇ ਤੌਰ ਤੇ ਜਿਹੜੇ ਕਿ ਅਪਣਾ ਸਕਦੇ ਨੇ ਭਾਵ ਕਿ ਜਿਹਨੂੰ ਖੇਡਾਂ ਦੇ ਵਿੱਚ ਜਿਹੜੇ ਸੱਟਾਂ ਲੱਗਦੇ ਹਨ ਉਹਨਾਂ ਦੀ ਜਾਣਕਾਰੀ ਹੋਵੇ ਤੇ ਉਹਨਾਂ ਦਾ ਕਿਵੇਂ ਮੈਨੇਜਮੈਂਟ ਕਰਨਾ ਉਹਨਾਂ ਬਾਰੇ ਜਾਣਕਾਰੀ ਹੋਵੇ ਠੀਕ ਹੈ ਤੇ ਫਿਜ਼ੀਓਥੈਰਾਪਿਸਟ ਬਣਨ ਦੇ ਲਈ ਯੋਗਤਾ ਡਿਪਲੋਮਾ ਵੈਚੂਲਰ ਵੈਚੂਲਰ ਆਫ ਫਿਜ਼ੀਓਥੈਰਾਪਿਸਟ ਜਾਂ BSC ਇਨ ਫਿਜ਼ੀਓਥੈਰੇਪਿਸਟ ਜਾਂ ਮਾਸਿਕ ਫਿਜ਼ੀਓਥੈਰੇਪਿਸਟ لازਮੀ ਤੌਰ ਤੇ ਹੋਣਾ ਚਾਹੀਦਾ ਠੀਕ ਹੈ ਤੇ ਕੈਰੀਅਰ ਦੇ ਤੌਰ ਤੇ ਉਹ ਫਿਜ਼ੀਓਥੈਰੇਪਿਸਟ ਦੇ ਲਈ ਸ਼ਾਨਦਾਰ ਮੌਕੇ ਨੇ ਤਾਂ ਉਹ ਕਈ ਖੇਡ ਸੰਸਥਾਵਾਂ ਦੇ ਨਾਲ ਜੁੜ ਸਕਦੇ ਨੇ ਜਿਹੜੇ ਬੱਚਾ ਨੇ ਕਿਤਾਬ ਹੁੰਦਾ ਕੋਰਸ ਤੇ ਰਾਸ਼ਟਰੀ ਟੀਮਾਂ ਜਾਂ ਫਿਰ ਨਿੱਜੀ ਜਿਹੜੇ ਫਿਜ਼ੀਓਥੈਰੇਪਿਸਟ ਦੇ ਤੌਰ ਤੇ ਇਹਨਾਂ ਨੂੰ ਜਿਹੜੇ ਕਿ ਕੰਮ ਮਿਲ ਜਾਂਦਾ ਤੇ ਖੇਡ ਮੁਕਾਬਲਿਆਂ ਦੇ ਵਿੱਚ ਜਾਂ ਖੇਡ ਅਭਿਆਸ ਦੇ ਦੌਰਾਨ ਕਈ ਤਰ੍ਹਾਂ ਦੇ ਜਿਹੜੇ ਕਿ ਸੱਟਾਂ ਖੜਿਆਰੀ ਨੂੰ ਲੱਗਦੀਆਂ ਰਹਿੰਦੀਆਂ ਨੇ ਤਾਂ ਇਹਨਾਂ ਦੇ ਇਲਾਜ ਵਾਸਤੇ ਜਿਹੜੇ ਕਿ ਭੌਤਿਕ ਚਿਕਤਸਾ ਦੇ ਮਾਹਿਰਾਂ ਦੀ ਜਿਹੜੀ ਕਿ ਜ਼ਰੂਰਤ ਪੈਂਦੀ ਰਹਿੰਦੀ ਹੈ। ਅਗਲਾ ਕੁਐਸਚਨ ਹੈ ਆਪਣਾ ਰਜੀਵ ગાંધી ਖੇਡ ਰਤਨ ਅਵਾਰਡ। ਤਾਂ ਰਜੀਵ ગાંધી ਖੇਡ ਰਤਨ ਅਵਾਰਡ ਹੈ ਜਿਹੜੇ ਕਿ ਸਾਬਕਾ ਪ੍ਰਧਾਨ ਮੰਤਰੀ ਰਜੀਵ ગાંધી ਦੀ ਯਾਦ ਦੇ ਵਿੱਚ ਇਹ ਦਿੱਤਾ ਜਾਂਦਾ ਹੈ। ਤਾਂ ਇਹਦੇ ਵਿੱਚ ਇਹ ਸਭ ਤੋਂ ਵੱਡੇ ਰੈਂਕ ਦਾ ਰਾਸ਼ਟਰੀ ਖੇਡ ਅਵਾਰਡ ਆ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਭਾਰਤ ਦਾ ਸਭ ਤੋਂ ਵੱਡਾ ਰਾਸ਼ਟਰੀ ਖੇਡ ਅਵਾਰਡ ਕਿਹੜਾ ਰਜੀਵ ਗਾਂਧੀ ਅਵਾਰਡ ਤਾਂ ਇਹ ਸਭ ਤੋਂ ਪਹਿਲਾਂ ਜਿਹੜੇ ਕਿ ਵੱਡੇ ਰੈਂਕ ਦਾ ਰਾਸ਼ਟਰੀ ਅਵਾਰਡ ਆ ਤੇ ਇਹਦੇ ਵਿੱਚ ਖਿਡਾਰੀਆਂ ਦੇ ਮਨੋਵਲ ਤੇ ਉਹਨਾਂ ਦੇ ਵਿਸ਼ਵਾਸ ਨੂੰ ਐਨਕਰੇਜ ਕਰਨ ਦੇ ਲਈ 1991 ਦੇ ਵਿੱਚ ਸ਼ੁਰੂ ਕੀਤਾ ਗਿਆ ਤੇ ਇਹ ਅਵਾਰਡ ਆ ਜਿਹੜੇ ਕਿ ਕਿਹਨਾਂ ਵੱਲੋਂ ਦਿੱਤਾ ਜਾਂਦਾ ਜੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਦੁਆਰਾ ਦਿੱਤਾ ਜਾਂਦਾ ਪਲੇਅਰਸ ਨੂੰ ਤੇ ਜਿਨ੍ਹਾਂ ਨੇ ਖੇਡ ਦੇ ਵਿੱਚ ਬੈਸਟ ਪਰਫਾਰਮੈਂਸ ਦਿੱਤੀ ਹੋਵੇ ਇਸ ਅਵਾਰਡ ਨੂੰ ਪ੍ਰਾਪਤ ਕਰਨ ਲਈ 7 ਲੱਖ ਰੁਪਏ ਨਗਦ ਇਨਾਮ ਤੇ ਤਗਮਾ ਦਿੱਤਾ ਜਾਂਦਾ ਤੇ ਸਭ ਤੋਂ ਪਹਿਲਾ ਇਹ ਅਵਾਰਡ ਆ ਜਿਹੜੇ ਕਿ ਵਿਸ਼ਵਨਾਥਨ ਆਨੰਦਨ 1991 93 ਦੇ ਵਿੱਚ ਪ੍ਰਾਪਤ ਕੀਤਾ ਤੇ ਔਰਤਾਂ ਦੇ ਵਿੱਚ ਫੀਮੇਲ ਦੇ ਵਿੱਚ ਇਹ ਕਰਨਮ ਕਰਨਮ ਮਲੇਸ਼ਵਰੀ ਆਪਾਂ ਡਿਸਕਸ ਕਰ ਹੀ ਚੁੱਕੇ ਆ ਤਾਂ ਹੀ ਤੁਹਾਨੂੰ ਕਹਿਣੀ ਹੁੰਦੀ ਹੈ ਕਿ ਜਿਹੜੇ ਕਿ ਲੌਂਗ ਕੁਐਸਚਨਸ ਨੇ ਉਹਨਾਂ ਨੂੰ ਧਿਆਨ ਦੇ ਨਾਲ ਕਰਿਆ ਕਰੋ ਉਹਨਾਂ ਦੇ ਵਿੱਚੋਂ ਹੀ ਸ਼ਾਰਟ ਕੁਐਸਚਨ ਤੁਹਾਡੇ ਕਵਰ ਹੁੰਦੇ ਨੇ ਹਮੇਸ਼ਾ ਤੇ ਇਹ ਅਵਾਰਡ 1995 96 ਦੇ ਵਿੱਚ ਜਿਹੜੇ ਕਿ ਕਰਨਮ ਮਲੇਸ਼ਵਰੀ ਨੂੰ ਮਿਲਿਆ ਤੇ ਪੰਕਜ ਅਡਵਾਨੀ ਅਜਿਹੇ ਪਹਿਲੇ ਖਿਡਿਆਰੀ ਹੋਏ ਨੇ ਜਿਨ੍ਹਾਂ ਨੂੰ ਦੋ ਖੇਡਾਂ ਸਨੁੱਕਰ ਤੇ ਵਿਲੀਅਰਡਸ ਦੇ ਲਈ ਰਜੀਵ ਗਾਂਧੀ ਖੇਡ ਰਤਨ ਅਵਾਰਡ ਮਿਲਿਆ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਹੈ ਕਿ ਕਿਹੜਾ ਹੈ ਜਾਂ ਪਲੇਅਰ ਹੈ ਕਿਹੜਾ ਖਿਡਿਆਰੀ ਹੈ ਜ ਉਸ ਖਿਡਿਆਰ ਦਾ ਨਾਮ ਦੱਸੋ ਜਿਹਨੂੰ ਖੇਡ ਰਤਨ ਜਿਹੜੇ ਕਿ ਰਜੀਵ ਗਾਂਧੀ ਖੇਡ ਰਤਨ ਪੁਰਸਕਾਰ ਦੋ ਵਾਰ ਮਿਲਿਆ ਹੋਇਆ ਦੋ ਗੇਮਸ ਤੇ ਮਿਲਿਆ ਹੋਇਆ ਤਾਂ ਕਿਹੜੇ-ਕਿਹੜੇ ਗੇਮ ਸੀ ਸਨੁੱਕਰ ਤੇ ਵਿਲੀਅਰਡਸ ਦੇ ਵਿੱਚ ਕਿਹਨੂੰ ਮਿਲਿਆ ਪੰਕਜ ੜਵਾਨੀ ਨੂੰ ਪੰਕਜ ੜਵਾਨੀ ਨੂੰ ਦੋ ਵਾਰ ਮਿਲਿਆ ਹੋਇਆ ਤੇ ਇਸ ਤੋਂ ਇਲਾਵਾ 2018 ਦੇ ਵਿੱਚ ਮੀਰਾਬਾਈ ਚੰਨੂ ਨੂੰ ਮਿਲਿਆ ਵੇਟ ਲੈਟਿੰਗ ਦੇ ਵਿੱਚ ਤੇ ਤੇ ਵਿਰਾਟ ਕੋਹਲੀ ਨੂੰ ਮਿਲਿਆ ক্রিকেট ਦੇ ਵਿੱਚ 2018 ਦੇ ਵਿੱਚ ਅਗਲਾ ਮਹਾਰਾਜ ਜੀ ਸਿੰਘ ਅਵਾਰਡ ਇਹ ਪੰਜਾਬ ਦਾ ਸਭ ਤੋਂ ਵੱਡਾ ਅਵਾਰਡ ਹੈ ਠੀਕ ਹੈ ਇਹ ਤੇ ਰਾਜ ਦੇ 1978 ਦੇ ਵਿੱਚੋਂ ਸ਼ੁਰੂ ਕੀਤਾ ਗਏ ਇਸ ਅਵਾਰਡ ਨੂੰ ਤੇ ਇਹਦੇ ਵਿੱਚ 5 ਲੱਖ ਰੁਪਏ ਦੀ ਨਕਦ ਰਾਸ਼ੀ ਹੁੰਦੀ ਹੈ ਤੇ 2018 17 ਦੇ ਵਿੱਚ ਇਹਦੀ ਰਾਸ਼ੀ 2017 ਤੱਕ ਇਹ ਸਿਰਫ 1 ਲੱਖ ਰੁਪਏ ਸੀ 18 ਦੇ ਵਿੱਚ ਇਹਦੀ ਜਿਹੜੀ ਕਿ 18 ਦੀ ਪਾਲਿਸੀ ਦੇ ਅਕੋਰਡਿੰਗ ਇਹਦੀ ਰਕਮ 5 ਲੱਖ ਰੁਪਏ ਕਰ ਦਿੱਤੀ ਗਈ ਆ ਤੇ ਇਹ ਪੁਰਸਕਾਰ ਉਹਨਾਂ ਖੜਿਆ ਨੂੰ ਦਿੱਤਾ ਜਾਂਦਾ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਜਾਂ ਖੇਡ ਮੁਕਾਬਲੇ ਰਾਸ਼ਟਰੀ ਪੱਧਰ ਤੇ ਖੇਡ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਹੋਵੇ ਤਾਂ ਸਰਦਾਰ ਪ੍ਰਗਟ ਸਿੰਘ ਪਹਿਲੇ ਵਿਅਕਤੀ ਨੇ ਜਿਨ੍ਹਾਂ ਨੂੰ ਇਹ ਅਵਾਰਡ ਆ ਜਿਹੜੀ ਕਿ ਹਾਸਲ ਹੋਇਆ ਤੇ ਇਹ 2096 ਤੋਂ 2005 ਤੱਕ ਇਹ ਮੁਲਤਲ ਕਰ ਦਿੱਤਾ ਗਿਆ ਸੀ ਤੇ 2006 ਦੇ ਵਿੱਚ ਇਹਨੂੰ ਦੁਬਾਰਾ ਜਿਹੜੇ ਕਿ ਸ਼ੁਰੂ ਕੀਤਾ ਗਿਆ ਤੇ ਉਸ ਤੋਂ ਬਾਅਦ ਅੱਗੇ 5 ਅੰਕਾਂ ਵਾਲੇ ਕੁਐਸਚਨ ਖੇੜ ਸਿਖਲਾਈ ਹੈ ਕਿ ਇਹਨੂੰ ਤੁਸੀਂ ਰੀਡ ਕਰ ਲੈਣਾ ਇਹਦੇ ਕਿਉਂਕਿ ਸਾਰੇ ਕੋਰਸ ਨੇ ਆਪਾਂ ਸਾਰੇ ਡਿਸਕਸ ਕਰ ਹੀ ਚੁੱਕੇ ਆਪਾਂ ਚਾਰਟ ਦੇ ਥਰੂ ਅੱਗੇ ਡਿਸਕਸ ਕਰ ਲਏ ਹੁਣ ਅੱਗੇ ਇਹਨਾਂ ਨੇ ਜਿਹੜੀ ਕਿ 5 ਮਾਰਕਸ ਵਾਲੇ ਦੇ ਵਿੱਚ ਪੁੱਛ ਲਏ ਨੇ ਸਾਰੇ ਕੋਰਸ ਜਿਵੇਂ ਖੇੜ ਸਿਖਲਾਈ ਤੁਸੀਂ ਦੇਖੇ ਦੇ ਵਿੱਚ ਚਾਰਟ ਵੀ ਬਣਾ ਸਕਦੇ ਹੋ ਹਨ ਅਗਰ ਤੁਹਾਨੂੰ ਉਸ ਤਰੀਕੇ ਨਾਲ ਯਾਦ ਹੈ ਜਿਵੇਂ ਵੀ ਤੁਹਾਨੂੰ ਯਾਦ ਹੈ ਕਿਉਂਕਿ ਇਹਨਾਂ ਦੇ ਵਿੱਚੋਂ ਸ਼ਾਰਟ ਕੁਐਸਚਨਸ ਵੀ ਬਹੁਤ ਬਣਦੇ ਨੇ ਜਿਵੇਂ ਹੀ ਨੈਸ਼ਨਲ ਇੰਸਟੀਚਿਊਟ ਉਹ ਕਿੱਥੇ ਹੈ ਪਟਿਆਲੇ ਬੰਗਲੌਰ ਦੇ ਵਿੱਚ ਨੇ 6 ਹਫ਼ਤਿਆਂ 'ਚ ਕਰਵਾਏ ਜਾਂਦੇ ਨੇ ਕਿੱਥੇ ਹੈ ਇਹ ਅੰਗਵਾਲੀਅਰ ਦੇ ਵਿੱਚ ਹੈ ਲక్ష్ਮੀਬਾਈ ਨੈਸ਼ਨਲ ਕਾਲਜ ਡਿਪਲੋਮਾ ਇਨ ਕੋਰਸ ਹੈ ਕਿੱਥੇ ਕਿੱਥੇ ਸ਼ੁਰੂ ਕੀਤਾ ਹੋਇਆ ਅੱਗੇ ਇਹਨਾਂ ਦੀ ਯੋਗਤਾ ਵੀ ਪੁੱਛ ਸਕਦੇ ਨੇ ਬੀਪੀਐਡ ਦੇ ਲਈ ਕੀ ਯੋਗਤਾ ਯੋਗਤਾ ਭਾ ਪਲੱਸ 2 ਤੋਂ ਬਾਅਦ ਜਾਂ ਕਿਵੇਂ ਠੀਕ ਹੈ ਇਹ ਸਾਰੇ ਆਪਾਂ ਨੇ ਸਾਰੇ ਆਪਾਂ ਨੇ ਉਧਰ ਵਿੱਚ ਚਾਰਟ ਚ ਕਰ ਲਏ ਸਾਰੇ ਆਪਣੇ ਕਵਰ ਹੋ ਗਏ ਕੁਐਸ਼ਨਸ ਦਾਖਲੇ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ ਅੱਗੇ ਫਿਰ ਬਣ ਕੀ ਸਕਦਾ ਹੋ ਡੀਪੀਐਡ ਐਮੀ ਇਹਦੇ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ ਸਰਟੀਫਿਕੇਟ ਕੋਰਸ ਇਨ ਯੋਗ ਡਾਕਟਰੀ ਆਫ ਫਿਲਾਸਫੀ ਹੁੰਦੀ ਹੈ ਪੀਐਚਡੀ ਡਾਕਟਰ ਆਫ ਫਿਲਾਸਫੀ ਪੀਐਚਡੀ ਦਨ ਲਾਸਟ ਵਨ ਇਜ਼ ਸ੍ਰੀਖ ਸਿੱਖਿਆ ਦੇ ਵਿੱਚ ਕਿਤੇ ਤੇ ਖੇਡ ਅਵਾਰਡ ਦਾ ਕੀ ਮਹੱਤਤਾ ਤੇ ਸ੍ਰੀਖ ਸਿੱਖਿਆ ਦੇ ਭਾਰਤ ਦੇ ਵਿੱਚ ਕਿਵੇਂ ਹੋਣ ਦੇ ਵਿੱਚ ਆਇਆ ਇਹਦਾ ਸਾਰਾ ਜਿਹੜੇ ਕਿ ਭਾਵੇਂ ਕਿ ਸਾਰੇ ਚੈਪਟਰ ਦਾ ਹੀ ਨਿਚੋੜ ਆ ਇਹ 5 ਮਾਰਕਸ ਦੇ ਵਿੱਚ ਇਹ ਕੁਸ਼ਨ ਆ ਇਹਨੂੰ ਤੁਸੀਂ ਰੀਡ ਕਰ ਲੈਣਾ ਸਾਰੇ ਆਪਾਂ ਨੇ ਸ਼ਾਰਟ ਵੈਸੇ ਕਵਰ ਹੋ ਹੀ ਗਏ ਸ਼ਾਰਟ ਦੇ ਵਿੱਚੋਂ ਹੀ ਜਿਹੜੇ ਕਿ ਲੌਂਗ ਬਣ ਜਾਂਦੇ ਨੇ ਤੇ ਲੌਂਗ ਦੇ ਵਿੱਚੋਂ ਹੀ ਸ਼ਾਰਟ ਬਣ ਜਾਂਦੇ ਨੇ ਥੈਂਕਸ